घर छड़ के जाने का दिल नहीं करेंदा नवी नवी शादी है सवाणी नु इन यकदम जुदाई भी नहीं दे सकदा ते हुन करा की मैं समझ नहीं आंदी इस गल दी कर्जा किवें लावां यार बड़ी परेशानी बनी हुई है सही आ ध्यान यार बेली के कोई पैसे जड़े ना कमाल आ शादी तो पिछे तैन मुड़ कोई नहीं मौका लभना हुण अल्लाह खैर करे अम्मी हुण 20,000 रुपया लैके आ जाए ताकि एक को नाप के दुए दे मुँह ते मारा उदा तो मुँह बंद करा कर्जे वाले बंदे की काई जिंदगी नहीं आती की बंदा करे शुक्र है अम्मी आ गई अम्मी की बने कोई खुशी की खबर सुनावी तेरे मुंह तो मैं लगता तो नहीं कोई खुशी की खबर है मेरा पोत्र आज कौन देंदा किसी ने रुपया कोई नहीं देंदा हर बंदे नु सिर्फ अपनी पई हुई है और सकीना अल गई है मु उस नु मिन्नत कीती है मैं मखणा जेड़ा ऐसा देवणे हैं पैसे ते 20,000 रुपया देवे चा ते हां ते ओ तो मैं दसया है ओदे पोत्र नु तनख्वाह मिलनी ता ही उस आख्या कोई नहीं जन मेरा बिरा बीमार आई तो मैं तो उधर दे छोड़न उस भाई दो के जवाब अगे रोंदी पे तू पेका सने एदा मतलब है ना आए उधर ना फना आई हो गई तो तू मेरी गाल सुन ना जमीन होवे सोना होवे ए घर मुश्किल टाइम ती जी चीजा काम आंदियां भाई समाणी तेरी जेड़ी आए ओदे कोल सोना पियो होया ते ओ जेड़ा ए सोना तू ओदे कोल लेके ते उठ असी दो मतलब कोई थोड़े जे चवे ची है ना तो साडा कर्जा लाए बैना है ते ओ वेखो ते काम वेख लो भाई ओ चाहिंदी है ते चाक पेकेयां वाई ते रख छोड़ ओ असी मैं भी परनी के आई आमू मैं तेरा प्यो जड़ा लजन ते जा दे उस मेरे को पहले दे जो मैं परनी के आई आमू उस मेरे को मंगे उस आके करमा लिए सोना मैं देवे ना
सोना मैं ला के करना चुनाया ऊंचा दीता मैं आखे दी लोड़ मिट जावे बाकी बाद च बनदा रासी तो तू ओनू आख भई देवे मेरी तो सुननी काई नहीं ओ देवे तो ता जो मेरी 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 गाल सुन मां जेले घर जो मैं उसको किवें मंगा मैंने एक तो थोड़ा जे झाका हुंदा मैं किवें उसको मंगा मुंह चाड़ के ओना का सोना रे मैंने पा मेरी मां प्या दी ਮੈਂ ਤਾਂ ਸਹੀ ਗੱਲ ਨਾ ਪਰੇਸ਼ਾਨੀ ਬਣੀ ਖਲੋਤੀ ਮੈਂ ਗੱਲ ਕਰਦਾ ਤਾਂ ਹਾਂ ਉਹਦੇ ਨਾਲ ਹੁਣ ਮੈਂ ਆਨਾ ਇਹ ਕੋਈ ਬੰਦੇ ਆਈ ਤਾਂ ਕਾਈ ਨਹੀਂ ਅਗਰ ਅਜਲਾ ਮੇਰਾ ਅਹਿਸਾਸ ਕੋਈ ਨਹੀਂ ਤੇ ਮੋੜ ਕੱਲ ਨੂੰ ਮੇਰਾ ਕਿੱਥੇ ਅਹਿਸਾਸ ਉਸ ਮੇਰਾ ਪੁੱਤਰ ਮੇਰੀ ਗੱਲ ਸੁਣੇ ਨਾ ਉਹਦੀ ਮਾਂ ਆਈ ਤਾਰਿਆਂ ਲਾਣੀ ਹੈ ਉਹਦੀ ਮਾਂ ਸਾਰੀ ਜ਼ਿੰਦਗੀ ਉਹ ਠੂਠੇ ਚ ਉਸ ਘਿਓ ਦੀ ਪਾਈਆ ਪਾਈ ਰੱਖਿਆ ਤੇ ਠੂਠੇ ਚ ਉਸ ਕਿਸੇ ਨੂੰ ਸਿੱਧੀ ਤਰ੍ਹਾਂ ਐਲਾਨ ਆਈ ਦਿੱਤਾ ਸਮਝ ਆ ਗਈ ਉਸ ਚਾਇਆ ਸੋਨਾ ਉਹਨੂੰ ਨਾ ਤੇ ਇੱਥੇ ਦਬਾਰ ਰਿਹਾ ਨਾ ਮੈਂ ਤੇਰੀਆ ਹੈ ਉਸ ਚਾਹ ਕੇ ਤੇ ਮਾਂ ਦੀ ਵਪਾਰ ਲੈ ਜਾਣੇ ਇਹ ਵੀ ਕੋਈ ਪਤਾ ਨਹੀਂ ਹੈ ਉਹ ਜਿਹੜੀ ਆਇਦ ਕੇ ਨਾ ਜਨਤਾ ਉਹਦੇ ਕੋਲ ਰੱਖਿਆ ਚਾ ਸੋਨਾ 31,000 ਰੁਪਇਆ ਲੈ ਲਵੀ ਆ ਉਹਨਾਂ ਕੋਲ ਆ ਜਿਹੜਾ ਕਰਜ਼ਾ ਜਿਹੜਾ ਨਿਤ ਸਿਰ ਪਿਆ ਪਾਟਦਾ ਨਿਤ ਬੰਦਾ ਸ਼ਰਮ ਤੋਂ ਬਾਹਰ ਨਹੀਂ ਨਿਕਲ ਸਕਦਾ ਹੈ ਉਹ ਚੰਗਾ ਨਹੀਂ ਗਲਤ ਵੈਸੇ ਤੇਰੀ ਠੀਕ ਹੈ 31,000 ਚਾਹ ਕੇ ਦੋ ਬੰਦੇ ਦੇ ਮੂੰਹ ਤੇ ਮਾਰ ਛੜਨਾ ਕਸਾਈ ਨੂੰ ਡਾਕ ਛੜਨਾ ਜਿਹੜਾ ਜਟੇਵਾਲ ਸਕੂਟਰ ਭਜਾ ਕੇ ਆਇਆ ਖਲੋਤਾ ਉਹਨੂੰ ਵੀ ਦੇ ਛੜਨੇ ਆ ਤੇ ਆ ਕੋਈ ਦੁਕਾਨ ਤੇ ਹੀ ਦੇ ਛੜਨੇ ਆ ਗਲਤ ਤੇਰੀ ਵੈਸੇ ਠੀਕ ਹੈ ਸਾਨੂੰ ਕੀ ਪਤਾ ਹੁੰਦਾ ਕਿਸੇ ਦੀ ਨੀਅਤ ਦਾ ਕਿਸੇ ਮੈਂ ਨੋਟ ਕੀ ਪਤਾ ਲੱਗਿਆ ਉਸ ਮੇਰੀ ਸਾਸ ਕੋਲ ਰੱਖਿਆ ਹੋਇਆ ਸੀ ਪਤਾ ਨਹੀਂ ਅੱਗਾ ਪਿੱਛਾ ਕਿਸੇ ਹੋਰ ਨੂੰ ਦਿੱਤਾ ਹੋਇਆ ਹੁਣ ਮੈਂ ਕਿਵੇਂ ਜਾ ਕੇ ਅੱਖ ਮੂੰਹ ਚੜ ਕੇ ਬੇ ਆਇਆਵਾਂ ਰੱਖਾਂ ਬੇ ਔਰ ਸੋਨਾ ਮੈਂ ਨਾ ਪਾ ਚੜੋ ਨਾਲੇ ਹਨੀ ਅੰਮਾ ਇੱਕ ਗੱਲ ਮੈਂ ਦੱਸ ਨਿਉਂਦ ਤਾਂ ਉੱਕਾ ਮੂੰਹ ਵਿੱਚ ਸਾਨ ਕਾਈ ਨਹੀਂ ਪਈ ਤੇ ਜਦੋਂ ਦਿੱਤੀ ਸ਼ਾ ਕਾਈ ਨਹੀਂ ਤਲਮ ਡੇਮਣੀ ਕੀ ਦੂੰ ਤੂੰ ਉਸਲੇ ਆਪਣੀਆਂ ਲਸ਼ ਪਾਸੇ ਚਾਉਂ ਦੇ ਉਸਲੇ ਲਾਤ ਵਾਲਾ ਹੀ ਨਾ ਸਕੂਟਰ ਤੇ ਉਹ ਪਿਆ ਵਈ ਨਾ ਨਵਨ ਪਵਨ ਨੇ ਜੋੜੇ ਪਈ ਨਾ ਤੈਨ ਮੈਂ ਪਿੱਟਦੀ ਆ ਮੂੰ ਉਹ ਸ਼ਾਦੀ ਤੇਰੇ ਬੇਲੀ ਦੀ ਹੋਈ ਆਈ ਹੈ ਅਸਾਂ ਦੀ ਸ਼ਾਦੀ ਹੋਈ ਤੂੰ ਕੋਈ ਨਾ ਗਿਓ ਤੈਨ ਮੈਂ ਆਦੀ ਰਹਿ ਗਈ ਭਾਗ ਜਾ ਤੂੰ ਮੇਰੀ ਗੱਲ ਕਾਈ ਨਾ ਮੰਨੀ ਆ ਉਹ ਡਾਕਟਰ ਦੀ ਸ਼ਾਦੀ ਹੋਈ ਉਹ ਗੱਡੀਆਂ ਕਰਕੇ ਜਾਂਦਾ ਰਹੀਆਂ ਨਿਸਰੇ ਪਈ ਹੋਵੇ ਨਿਉਂਦਰ ਥੋੜੀ ਜੀ ਘਾਟ ਕਿਸੇ ਨੇ ਕਾਈ ਨਹੀਂ ਲਿਖਾਈ ਬੇਲੀ ਵੀ ਲਾਪ ਹੁੰਦਾ ਮੈਂ ਕਿ ਨਿਉਂਦਰ ਦੀ ਕਿਹੜੀ ਲੋੜ ਹੁੰਦੀ ਜੇ ਇਹ ਨਿਉਂਦਰ ਹੁੰਦੀ ਸੇ ਤੂੰ ਬਿਆਜ ਦਿਓ ਤੇ ਕੱਲ ਲੈ ਲਓ ਤੇਰੇ ਟੱਬਰ ਚ ਤੇਰੇ ਖਾਨਦਾਨ ਚ ਕਿਹੜਾ ਕਸ਼ ਕੋਈ ਘਾਤ ਕੇ ਗਿਆ ਮੈਂ ਉਹ ਸਾਰੀ ਵੇਖੀ ਰਜਿਸਟਰ ਵੇਖੀ ਬੈਠਾ ਬੁੱਕੇ ਮੇਰਾ ਤਾਂ ਚਲੋ ਖਾਨਦਾਨ ਕਾਸ਼ਾ ਨਾ ਦੇ ਗਿਆ ਤੇ ਜਿਹਦੇ ਤੋਂ ਜਿਹੜੇ ਤੇਰੇ ਐਡੇ ਬੇਲੀ ਜਿਹੜੇ ਚੜ ਚੜ ਕੇ ਮੋਢਿਆਂ ਤੇ ਆਂਦੇ ਆ ਉਹਨਾਂ ਨੂੰ ਤੂੰ ਮੈਂ ਤਾਂ ਨਾ ਦੀਆ ਮੈਂ ਬਾਈ ਉਸ ਲਈ ਕਾਸ਼ਾ ਦੇ ਮੈਂ ਆ ਤਾਈ ਕਾਸ਼ਾ ਡੀ ਜਾਵੇ ਹੁਣ ਮੇਰੇ ਕੋਲ ਪੁੱਛਦਾ ਆ ਦਾ ਨਿਉਂਦਰ ਕਾਇ ਨਹੀਂ ਨਿਉਂਦਰ ਕਿਦੂ ਪਮਣੀ ਹੈ ਹੁਣ ਕਿਵੇਂ ਨਾ ਕਿਵੇਂ ਕਰਜ਼ਾ ਲਾਉਣਾ ਤਾਂ ਹੈ ਨਾ ਜੋ ਮਰਜ਼ੀ ਕਰੀਏ ਮੈਂ ਉਹਦੇ ਨਾਲ ਗੱਲ ਕਰੇ ਨਾ ਕਰੋ ਮੈਨੂੰ ਸਿੱਧੇ ਤਰੀਕੇ ਨਾਲ ਦਿੰਦੇ ਹੁਣ ਮੈਂ ਬਲਕਿ ਇੱਕ ਹੋਰ ਕਰੇ ਨਾ ਉਸ ਨੂੰ ਮੈਂ ਆਨਾ ਤੂੰ ਸੋਨਾ ਮਹੀਨਾ ਪਾ ਮੈਂ ਨਾ ਬੈਂਕ 'ਚ ਜਮ੍ਹਾਂ ਕਰਵਾਈ ਨਾ ਕਿਸੇ ਬੰਦੇ ਤੇ ਅੱਜ ਅਤਬਾਰ ਹੈ ਕਾਇ ਨਾ ਬੈਂਕ 'ਚ ਉਲਟਾ ਹੈ ਬਈ ਪੀਆਰ ਆਸੀ ਤੇ ਚਲੋ ਸਾਨੂੰ 4% ਵੀ ਢੀਂਦੇ ਰਾਸ ਨੇ ਅੱਜ ਕਹਿੰਦਾ ਮੇਰੀ ਗੱਲ ਸੁਣ ਦੌਲਰ ਤਾਂ ਮੇਰੇ ਕੋਲ ਕੋਈ ਨਹੀਂ ਜਿਹੜਾ ਮੈਂ ਦੱਬੀ ਬੈਠੀ ਤਾਂ ਤਾਈ ਨਹੀਂ ਪਈ ਦੇਂਦੀ ਉਹਦੇ ਨਾਲ ਪਿਆਰ ਨਾਲ ਉਸ ਨੂੰ ਥੋੜਾ ਜਿਹਾ ਮੂੰਹ ਬੈੜਾ ਵੀ ਕਹਿਸੇ ਤੇ ਤਾਂ ਵਾਟੇ ਟੱਚ ਆਸੀ ਆਇਆ ਜੋ ਕੋਈ ਨੂੰ ਆਵਣਾ ਸਮਝ ਆ ਗਈ ਉਹਨੂੰ ਥੋੜਾ ਜਿਹਾ ਪਿਆਰ ਦਾ ਹੱਥ ਫੇਰ ਉਹਦੇ ਕੋਲ ਪੁੱਛੋ ਉਹਨੂੰ ਆਖ ਬੜੀ ਮੈਂ ਅੱਲਾ ਖੈਰ ਕਰੇ ਸੀ ਮੇਰੀ ਨੌਕਰੀ ਲੱਗ ਜਾ ਸੀ ਤਾਂ ਮੈਂ ਤੈਨੂੰ ਸੋਨੇ ਡਬਲ ਤੋਂ ਡਬਲ ਬਣਵਾ ਕੇ ਦੇ ਸਕਦਾ ਸੁਣੋ ਇਹ ਗੱਲ ਅਗਲੀ ਗੱਲ ਤੁਹਾਨੂੰ ਕਰਨੀ ਕਾਇ ਨਹੀਂ ਨਾ ਮੈਂ ਤਾਂ ਨਹੀਂ ਹੋ ਪਿਆ ਨਾ ਉਹਨ ਮੈਂ ਨਾ ਬੈਂਕ 'ਚ ਰਖਾਉਣਾ ਮੋੜ ਉੱਥੋਂ ਬਾਹਰ ਬਾਹਰ ਸਾਰ ਲਸਾਂ ਤੇ ਜੇਲੇ ਪੈਸੇ ਆਏ ਮੋੜ ਇਹਨ ਸੋਨਾ ਬਣਵਾ ਕੇ ਦੇ ਹਾਂ ਇਹ ਵੀ ਗੱਲ ਠੀਕ ਹੈ ਆਹ ਉਹਨੂੰ ਅਗਲੀ ਗੱਲ ਕਾਇ ਨਾ ਕਰੀ ਬੈ ਮੈਂ ਵੇਚੂ ਨਹੀਂ ਤਾਂ ਉਹਦਾ ਦੁੱਖਾ ਹੀ ਅੱਬੇ ਮਰ ਜਾਵਣੇ चोर कोई चोर कोई नहीं चोर कोई ना जे इथू दा चोर नहीं मोड़ कौन हो सकता है जिस इतना जान किता मैं ते मेरा प्यो मेरे तो रोटी हाँ दे थलो नहीं लगती पई मैं इतनी परेशानी ते हाँ दे थलो रोटी नहीं लगती मैं इतनी परेशानी बनी हुई ओ केड़ा कंजोर है शाला कख ना रवे ओदा जेड़ा इतना जान कर गया साडा ओ मेरी हौसला चा हौसला चुन मेरी गल सुन ते गौर ना सुन हां
पहली गल तो खोजी वेख्या पैर बिल्कुल पतला ना कोई उत्ता खुरा है ना कोई वेड़ खुरा है सिर्फ थोड़ी अंदर खुरा लगो है उड़ भी मालूम मान जाए पतले खुरे दा की मतलब है मकसद है कि जिवे बंदा कोई निक्का जाओ सी पतला जाओ सी ता सुन के ते ही मेरा कलेजा ही बाहर आ गया पत पेट सटिया माया क्या मस्कीन बंदा है ए होया की गल की बड़ी ओ मेरा पोतरा तुसी घर कोई ना ओ घर मैं तो कोई ना हुआ छेर वदिया ते गई है कि नहीं मोटर ते कपड़े देना तू दू आई है तो मैं तो तू फिटो के दा सुनया तो मैं कछो रखी हो ये सा कदे देड़े साडा जुगा बाबा भाज गया तो सोना चवी गया पैसे चवी गया पोतरा सी एड़े परेशान है जिस दे साडा नुकसान होई मान जा गाले ना कोई पानी के अंदर जांदे ना किदे जावणा है तू कुर अंदर जांदा ही नहीं और कोई ओक सोक लगी कि कोई ना ओक सोक की लगी मेरा पोतर गाले भयो खोजिन सदया ते जिसले उस वेख्या उन गाल के नजर ही काई नहीं आई ना कोई छाते ते ना कोई किदा और दे खुरा ही बिल्कुल ना मालूम आ जाए ओदी सोर समझ नहीं पे लगदी कुत्ती रह जांदी है चोरा ना और एक तो समाणियां दे सामने कोई गल नहीं करनी तू ही गल करनी नो चकोट है तंदूर ते जांदे दसे किसी दे घर गई को पुछना नहीं सुनना लफा ही नहीं अगू नवी बोली बोल तू ये नहीं करना तू जेड़ी गल हुई अपने अंदर रखनी ਗੱਲ ਤਾਂ ਪਤਰ ਵਾਜੇ ਤੇਰੀ ਠੀਕ ਹੈ ਇਸ ਸੀ ਨੂੰ ਸਿਰਫ ਦੱਸਣਾ ਹੋਰ ਕਿਸੇ ਚੋਰੀ ਕੋਈ ਬੰਦਾ ਉਹਦਾ ਡੱਗਾ ਖੜੀ ਗਿਆ ਕੀ ਹੋਇਆ ਡੱਗਾ ਖੜੀ ਗਿਆ ਜਿਸ ਡੱਗਾ ਖੜੀ ਗਿਆ ਉਸ ਕਿਸੇ ਨੂੰ ਹੀ ਨਾ ਦੱਸਿਆ ਉਸ ਨੌਕਰਾਂ ਨੂੰ ਹੀ ਕੋਈ ਨਾ ਦੱਸਿਆ ਪੁੱਤਰਾਂ ਨੂੰ ਹੀ ਕੋਈ ਨਾ ਦੱਸਿਆ ਉਸ ਜਿਹੜਾ ਪੁੱਛਿਆ ਕਿ ਵੇਚ ਸਟਿਆ ਸਾਲ ਬਾਅਦ ਨਾ ਉਹ ਬੈਠਾ ਉੱਕਾ ਵਖਾ ਕੇ ਬੰਦਾ ਲੱਗਿਆ ਉਸਾ ਕਿਹਾ ਭਾਈਆ ਕੀ ਹਾਲ ਹੈ ਉਸਕ ਠੀਕ ਹਾਂ ਉਸਕ ਉੱਕਾ ਬਖਦਾ ਹੀ ਉਸਕ ਬਖਦਾ ਉਸਕ ਔਰ ਲਗਾ ਉਹ ਦੋ ਵਾਰੀਆਂ ਉੱਕੇ ਦੀਆਂ ਲਈਆਂ ਉਸ ਅੱਗੇ ਡੱਗਾ ਲੱਭ ਗਏ ਉਸ ਅੱਗੇ ਕਿਹੜਾ ਡੱਗਾ ਉਸ ਅੱਗੇ ਜਿਹੜਾ ਤੇਰਾ ਖੜਿਆ ਉਸ ਅੱਗੇ ਅੱਗੇ ਤਾਂ ਕੋਈ ਨਾ ਲੱਭਾ ਹੁਣ ਲੱਭ ਗਏ ਉਸ ਉਹਨੂੰ ਨਾਪ ਲੈ ਅੱਛਾ ਉਸ ਅੱਗੇ ਭਾਈਆ ਤੂੰ ਮੈਨੂੰ ਕਿਉਂ ਨਾਪ ਲਈ ਉਸ ਅੱਗੇ ਤੂੰ ਸਾਡੇ ਥੇ ਦਾ ਤਾਂ ਹੈ ਕੋਈ ਮੈਂ ਆਪਣੇ ਘਰ ਵੀ ਇਹ ਗੱਲ ਕੋਈ ਨਹੀਂ ਦੱਸੀ ਵੀ ਮੇਰਾ ਡੱਗਾ ਖੜੇ ਹੋਇਆ ਤੈਨੂੰ ਕਿਵੇਂ ਪਤਾ ਲੱਗਾ ਤੇਰੇ ਅੰਦਰ ਮੇਰਾ ਡੱਗਾ ਹੈ ਬੋਲਿਆ ਤੇ ਤੂੰ ਗੱਲ ਕੀਤੀ ਹੈ ਸਿਆਣੇ ਐਂ ਚੋਰੀ ਸਿਆਣੇ ਐਂ ਚੋਰੀਆਂ ਲੱਭਦੇ ਨੇ ਤੇ ਇਹ ਜੋਧਾ ਨਾਲ ਪੈਰ ਤੇ ਪੈਰ ਰੱਖੀਆਂ ਕੜੀਆਂ ਨਾਲ ਕੜੀਆਂ ਹੀ ਮਿਲਦੀਆਂ ਉਸ ਇਹ ਭਲਾ ਜਿਸ ਵੇਲੇ ਮੋਟਰ ਤੇ ਗਈ ਹੈ ਕਿਤਨੀ ਦੇਰ ਲੱਗੀ ਤੈਨੂੰ ਮੋਟਰ ਤੂੰ ਹੀ ਵਾਪਸ ਮਿਲੇ ਮੈਂ ਘੜਾ ਭਰਿਆ ਗੜਵੰਜੀ ਭਰੀ ਹੈ ਘੜਾ ਚਾ ਕੇ ਬੂਹੇ ਅੱਗੇ ਰੱਖਿਆ ਤੇ ਉਹ ਦੂਆ ਗੜਵੰਜੀ ਚਾਵਣ ਦੂਏ ਉਹ ਗੰਢਵੀ ਚਾਵਣ ਵਗ ਗਈਆਂ ਦੋ ਚੱਕਰ ਤੋਂ ਹਾਂ ਉਹ ਮੈਂ ਕਿਹਾ ਚਲੋ ਬਈ ਤੂੰ ਮੈਂ ਪਹਿਲੀ ਵਾਰੀ ਉਹ ਬੰਦਾ ਆਇਆ ਅੰਦਰ ਮੈਂ ਅੰਦਰ ਕੋਈ ਨਾ ਵੜੀ ਜਿਸ ਟਾਈਮ ਮੈਂ ਘੜਾ ਰੱਖਣ ਆਈ ਹਾਂ ਮੈਂ ਬੂਹੇ ਤੇ ਰੱਖ ਕੇ ਮੈਂ ਕਿਹਾ ਉਹ ਬਸ ਉਹ ਬੰਦਾ ਅੰਦਰ ਆਇਆ ਉਸ ਨੂੰ ਵੇਖਿਆ ਮੋੜ ਤੂੰ ਵਗ ਗਈ ਹਾਂ ਤੇ ਮੋੜੋ ਗੱਡਵੀ ਵੀ ਚਾਵਣੀ ਆ ਤੂੰ ਕਿਸੇ ਨੂੰ ਵੇਖਿਆ ਹੋਵੇ ਨਹੀਂ ਮੇਰੀ ਅੱਖੀ ਨਹੀਂ ਵੇਖਿਆ ਕਿਸੇ ਨੂੰ ਬਾਹਰ ਨਿਕਲਦੇ ਅੰਦਰ ਵੜਦੇ ਆ ਇਹੋ ਸੀ ਸੀ ਗੱਲ ਤਾਂ ਤੇ ਪਿੱਟਣਾ ਵੀ ਉਹ ਕੌਣ ਹੈ ਕੀ ਕਿਵੇਂ ਕਿੱਥੋਂ ਆਇਆ ਉਹ ਮੇਰਾ ਫੋਨ ਸੱਤੀ ਨਾਲ ਨਹੀਂ ਹੁੰਦੇ ਚੋਰਾਂ ਦੇ ਮੁਸ਼ਤਾਕ ਨਾ ਪਿੰਦੇ ਨਾ ਗਲਤੋਂ ਮੇਰਾ ਪੁੱਤਰ ਗੱਲ ਗੱਲਾਂ ਤਾਂ ਤੇਰੀਆਂ ਸਾਰੀਆਂ ਰਲਦੀਆਂ ਪਈਆਂ ਠੀਕ ਤੇਰੀਆਂ ਗੱਲਾਂ ਜਿਹੜੀ ਤੂੰ ਗੱਲਾਂ ਕਰੇਂਦਾ ਪਿਆ ਨਾ ਕੋਈ ਕੁਝ ਕੋਈ ਮੇਰਾ ਗਵੇੜ ਚ ਨਾ ਪਈ ਨੇ ਗੱਲ ਆਉਂਦੀ ਜਾਂਦੀ ਤੂੰ ਕਿਸੇ ਨੂੰ ਬੁੱਕੇ ਲੈ ਵਲੇਟੇ ਹੋਵੇ ਕੋਈ ਸਵਾਣੀ ਕੋਈ ਬਾਲ ਕੋਈ ਮਰੋ ਤੇ ਘਰੋਂ ਨਿਕਲ ਜਾਂਦਾ ਮੈਂ ਨਹੀਂ ਘਰੋਂ ਨਿਕਲਦੇ ਕੁੱਤੇ ਦਾ ਬੱਚਾ ਵੀ ਮੈਂ ਨਹੀਂ ਵੇਖਿਆ ਮੇਰੀ ਅੱਖੀ ਨਹੀਂ ਵੇਖਿਆ ਕਿਸੇ ਨੂੰ ਯਾਰ ਸੋਚਾਂ ਸਮਝਣ ਵਾਲੀ ਇਹ ਗੱਲ ਹੈ ਹਾਂ ਨੇ ਚਾਚਾ ਢੇਰ ਫੜੀ ਮੈਂ ਕੋਈ ਨਹੀਂ ਮਾਰ ਢੇਰ ਸਾਰਾ ਜ਼ਾਨ ਹੈ ਫੜ ਮੈਂ ਕੋਈ ਨਹੀਂ ਮਾਰਨੀ ਆ ਗਈ ਸਮਝ ਅੱਜ ਗਰੀਬ ਬੰਦੇ ਨੂੰ ਆ ਕੋਕਾ ਜਿਹੜਾ ਨਾ ਮੈਂ ਸੁਣਿਆ ਦੋ ਤੁਰਲੇ ਹਾਂ ਦੋ ਤੁਰ ਪਾਟ ਗਿਆ ਇਹ ਗੱਲ ਸਾਡਾ ਤਾਂ ਅੰਦਰ ਪਾਟ ਗਿਆ ਇਹ ਗੱਲ ਸਹੀ ਆਂਦਾ ਫੇ ਚਲੋ ਮੈਂ ਪੋਸਟ ਦੱਸ ਕਰੇ ਨਾ ਸੁਣਾ ਰਿਆਂ ਦੀ ਦੁਕਾਨ ਨਾ ਨਹੀਂ ਅੱਛਾ ਉਹ ਨਾ ਤੇ ਨਾ ਹੁਣ ਡੇਟ ਲਿਖ ਲਈ ਹੈ ਨਾ ਕਿਹੜੀ ਡੇਟ ਨੂੰ ਖੜਿਆ ਨਹੀਂ ਨਹੀਂ ਅੱਛਾ ਚੌਥਾ ਦੇ ਨਹੀਂ ਹਾਂ ਚੌਥਾ ਦੇ ਉਹ ਲਿਖੀ ਪਈ ਹੈ ਉਹ ਲਿਖੀ ਪਈ ਨਾ ਜਦੋਂ ਖੜੇ ਵਗ ਜਾ ਬਾਜ਼ਾਰ ਚ ਐਂ ਨਾਪਲਾ ਦਾੜੀਆਂ ਉਹਨਾਂ ਦੀ ਉਹਨਾਂ ਕਿਹਾ ਮੈਂ ਗਰੀਬ ਬੰਦਾ ਜਿਹੜਾ ਸੋਨਾ ਤੁਹਾਨੂੰ ਦੇਵੇ ਨਾ ਟਰਾਲਾ ਜਾਂਦਾ ਪਿਓ ਨਾ ਗੰਨਿਆਂ ਲਾ ਤੇ ਉਲੇਟ ਜਾਵੇ ਤੇ ਮੁੜੂ ਉਹ ਗੰਨੇ ਵਿੱਚ ਚਕਟੀਵੇਂ ਤੇ ਵਜ਼ਨ ਘੱਟ ਜਾਂਦਾ ਜਾਨ ਹੋ ਜਾਂਦਾ ਜਿੱਥੇ ਦੋ ਤਿਲ ਛੇ ਮਾਸੇ ਨਾ ਸਹੀ ਸੁਨਾਰੇ ਨੂੰ ਆਖੇ ਤੂੰ ਬੰਦਾ ਨਾ ਪਾ ਛੇ ਮਾਸੇ ਤੇਰੇ ਡੇਢ ਤੋਲਾ ਤਾਂ ਬਚਦਾ ਹੀ ਨਾ ਉਹ ਗੱਲ ਤਾਂ ਪੁੱਤ ਤੇਰੀ ਸਹੀ ਹੈ ਹੁਣ ਇਤਨੇ ਸੁਨਾਰੇ ਬੈਠੇ ਕੁਝ ਵੀ ਨਹੀਂ ਹੁੰਦਾ ਮਿਹਨਤ ਕਰਨ ਨਾਲ ਇੱਥੋਂ ਚਾਇਆ ਹੈ ਨਾ ਉਸ ਕੋਈ ਨਹੀਂ ਭਜਾ ਕੇ ਕਰਾਚੀ ਵੇਚ ਆਉਂ ਉਹ ਸਿੱਧਾ ਹੀ ਵਾਣੀ ਲੱਗੀ ਜਸ ਜਾਂ ਮੈਂ ਬਾਹਰ ਲੱਗਾ ਜਸ ਇਸ ਤੂਤੇ ਕੋਈ ਪਾਤ ਕੋਈ ਨਹੀਂ ਸੁਕਰਨਾ ਇਹ ਬੰਦੇ ਸੱਤੇ ਰੇ ਸੁਨਾਰਾ
ਅਹੀਂ ਮਿਹਨਤ ਕਰ ਜਾ ਮੈਂ ਮੋਇਆ ਪਿਆ ਗਰੀਬ ਬੰਦਾ ਗੱਲ ਤਾਂ ਛੋਰ ਦੀ ਸਹੀ ਹੈ ਮੇਰੀ ਦੀ ਕਰੇ ਮੇਰੇ ਕਾਰ ਕੋ ਅੱਖੇ ਤੇ ਸਕੂਟਰ ਵਿੱਚ ਪੈਟਰੋਲ ਪਵਾ ਕੇ ਦੋ ਮੈਂ ਚਾਚਾ ਬਤਰੀਆ ਲੱਗੇ ਦੇ ਅੱਛਾ ਪੁੱਤ ਤੇਰਾ ਇਤਨਾ ਹੀ ਤੋਂ ਚਾਹ ਛੜਿਆ ਤਾਂ ਤੇਰੀ ਬਹੁ ਕੁਝ ਹੋ ਗਿਆ ਗੱਲ ਇਹ ਛੋਰ ਮੈਨੂੰ ਸਿਆਣਾ ਲੱਗਦਾ ਪਈ ਦੀ ਤੇ ਜਿਹੜੀ ਇਸ ਗੱਲ ਕੀਤੀ ਹੈ ਨਾ ਗੱਲ ਸਹੀ ਕੀਤੀ ਤਾਂ ਕੰਮ ਇਹੋ ਕਰਾਂ ਵੀ ਜਾ ਕੇ ਨਾ ਹਰ ਸੁਨਾਰੇ ਦੀ ਮਿਹਨਤ ਕਰ ਰਿਆ ਵਾਂ ਹੋ ਸਕਦਾ ਮੇਰੇ ਤੇ ਕਿਦੋਂ ਲੱਭ ਜਾਵੇ ਇਹਨੇ ਜਾ ਕੇ ਤੂੰ ਇਹ ਗੱਲ ਮੇਰਾ ਪਿਓ ਸੁਨਾਰਿਆ ਤਈ ਜਾ ਸੀ ਤਮਾਸ਼ਾ ਬਣ ਸੀ ਅੱਗੇ ਢੇਰ ਸਾਰਾ ਤਮਾਸ਼ਾ ਹੁਣ ਪੂਰੇ ਸਾਰੇ ਤਮਾਸ਼ਾ ਬਣ ਜਾ ਸੀ ਇਸ ਗੱਲ ਦਾ ਮੇਰੇ ਦੀ ਇਸ ਗੱਲ ਦੇ ਕਿਹੜਾ ਮੈਂ ਜਾ ਕੇ ਪੁੱਛਣਾ ਮਿਹਨਤ ਕਰ ਲਾ ਉਹਨਾਂ ਦਾ ਕਰੇ ਸਮਾਂ ਗਰੀਬ ਬੰਦਾ ਮਾੜਾ ਯਾਰ ਮੋਇਆ ਪਿਆ ਹੈ ਮੇਰਾ ਨੁਕਸਾਨ ਹੋ ਗਿਆ ਤੇ ਐਸ ਐਸ ਤਰ੍ਹਾਂ ਦਾ ਜਨਾ ਸੋਨਾ ਵੇ ਅਗਰ ਕੋਈ ਆਵੇ ਤੇ ਤੁਸੀਂ ਯਾਰ ਗੱਲ ਕਿਉਂ ਬੰਦੇ ਨੇ ਕਰੀ ਨਾ ਉਹ ਬਹਾ ਮੇਰੇ ਉਹਦੇ ਤੇ ਅੱਗਾ ਮੁਰ ਮੈਂ ਜਾਣਾ ਤਾਂ ਮੇਰਾ ਕੰਮ ਜਾਣਾ ਠੀਕ ਹੋ ਗਿਆ ਮੇਰਾ ਪਿਓ ਠੀਕ ਹੈ ਮੇਰੇ ਦੀ ਤੂੰ ਕੰਮ ਕਰ ਕਿਹੜਾ ਪੀ ਕੁੰਜਣ ਵਾਲਾ ਕਰ ਲਾ ਕਪੜੇ ਸਫਰੇ ਜਿਹੜੇ ਪਾਣੀ ਦਾ ਘੁੱਟ ਤੇ ਪੀ ਲੈ ਉਹ ਮੇਰੇ ਦੀ ਕੀ ਪਾਣੀ ਪੀ ਲਈਏ ਕੀ ਪਾਣੀ ਕੋ ਚੰਗਾ ਲੱਗਦਾ ਇਤਨਾ ਜਿਸ ਬੰਦੇ ਦਾ ਨੁਕਸਾਨ ਹੋ ਜਾਏ ਉਹਨੂੰ ਚੰਗਾ ਲੱਗਦਾ ਕੱਟ ਓਏ ਹੋਏ ਸਭ ਥੱਕ ਗਿਆ ਮੈਂ ਤਾਂ ਟੋਟ ਟੋਰ ਕੇ ਮੇਰੀ ਤਾਂ ਦਿਮਾਗ ਦੀ ਪਰੇਸ਼ਾਨੀ ਹੋ ਖਤਮ ਹੀ ਨਹੀਂ ਹੁੰਦੀ ਪਈ ਕੀ ਕਰੇ ਬੰਦਾ ਸ਼ੁਕਰ ਹੈ ਤੂੰ ਲੱਭ ਗਿਆ ਕਿਵੇਂ ਭਾਈ ਕੀ ਹੋ ਕੀ ਗਿਆ ਹੋਇਆ ਕੁਝ ਨਹੀਂ ਮੈਂ ਜਿਸ ਟਾਈਮ ਹੀ ਜਾਂਦਾ ਨਾ ਤੇਰੀ ਸਮਾਣੀ ਤੇ ਤੇਰੀ ਮਾਂ ਖਲੋ ਉਹਨੂੰ ਪੁੱਛਿੰਦਾ ਨਾ ਬਈ ਅਲੀ ਖਾਨ ਕਿਤੇ ਤੂੰ ਘਰ ਵਧਾ ਵੀ ਹੋਵੇਂ ਤਾਂ ਦਿਨ ਕਹਿ ਨਹੀਂ ਵਧਿਆ ਭਾਈ ਮੈਂ ਕੋਈ ਨਾ ਆਉਂਦਾ ਉਹਨਾਂ ਕਿਉਂ ਝੂਠ ਬੋਲਣਾ ਤੁਹਾਡੇ ਅੱਗੇ ਭਾਈ ਮੈਂ ਤਾਂ ਮੈਂ ਸਮਝਦਾ ਤੁਹਾਡੀ ਵੀ ਪਰੇਸ਼ਾਨੀ ਮੈਨੂੰ ਸਮਝ ਆਉਂਦੀ ਪਈ ਲੇਕਿਨ ਅਗਲੇ ਬੰਦੇ ਦੀ ਵੀ ਮਜਬੂਰੀ ਥੋੜ੍ਹੀ ਜਿਹੀ ਵੇਖੀ ਕਰੋ ਮੈਂ ਬੰਦਾ ਕੋਈ ਨਹੀਂ ਇਤਨੇ ਦੇ ਹੋ ਗਏ ਮਜਬੂਰੀ ਵੇਂਦਾ ਨਾ ਮੈਨੂੰ ਤਾਂ ਇਨਸਾਨ ਨਹੀਂ ਸਮਝਿਆ ਹੋਇਆ ਭਾਈ ਮੈਂ ਅਸਲ ਤਾਂ ਤੁਹਾਨੂੰ ਮੈਨੂੰ ਪਤਾ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਵੀ ਮੈਂ ਲਿਆਉਂਦਰ ਪਊ ਸੀ ਅਤੇ ਮੈਂ ਤੁਹਾਡਾ ਜਿਹੜਾ ਸਾਰਾ ਕਰਜ਼ਾ ਲਾ ਛੱਡੇ ਸਾਂ ਗੱਲ ਸੁਣ ਮੇਰੀ ਜਿਹਨਾਂ ਕੋਲ ਮੈਂ ਡੱਗੀ ਨਾ ਆਉਂਦੀ ਜੀ ਆ ਘੋ ਕੇ ਤੇਰੀ ਸ਼ਾਦੀ ਤਾਂ ਲਾਈ ਆ ਉਹ ਮੈਂ ਪੈਸੇ ਉਹਨਾਂ ਦੇ ਛੱਡੇ ਹੁਣ ਦੂਏ ਤਰੀਏ ਦਿਨ ਦਾ ਸਾਡੀ ਦੁਕਾਨ 'ਤੇ ਗੋਸ਼ ਕੋਈ ਨਹੀਂ ਹੁੰਦਾ ਸਿਰਫ ਤੇਰੀ ਵਜ੍ਹਾ ਤੋਂ ਦਸ ਗਿਆਰਾਂ ਦੇ ਹੋ ਗਏ ਤੂੰ ਲਾਰੇ ਲਾਇਕ ਲਓ ਭਾਈ ਮੇਰੀ ਗੱਲ ਤਾਂ ਸੁਣੋ ਇੱਕ ਮਿੰਟ ਮੇਰੀ ਗੱਲ ਤਾਂ ਸੁਣ ਲਓ ਤੁਸੀਂ ਗੱਲ ਹੀ ਇੱਕ ਤਾਂ ਨਹੀਂ ਸੁਣਦੇ ਪਏ ਭਾਈ ਮੈਂ ਸਮਝ ਆਉਂਦੀ ਪਈ ਤੁਹਾਡੀ ਗੱਲ ਤੁਹਾਡੀ ਮਜਬੂਰੀ ਸਮਝ ਆਉਂਦੀ ਪਈ ਲੇਕਿਨ ਅਗਲੇ ਗਰੀਬ ਬੰਦੇ ਦੀ ਮਜਬੂਰੀ ਬੰਦਾ ਵੇਖਦਾ ਮੈਂ ਤੁਹਾਨੂੰ ਯਕੀਨ ਮੰਨਾਂ ਮੈਂ ਨਿਉਂਦ ਰਿਤਨੀ ਪਈ ਕਾ ਨਹੀਂ ਮੇਰੇ ਜ਼ਿਹਨ 'ਚ ਹੀ ਹੋਵੇ ਨਿਉਂਦ ਰੋਸੀ ਤਾਂ ਮੈਂ ਸਾਰੇ ਕਰਜ਼ੇ ਲਾ ਲਏ ਸਾਂ ਅਤੇ ਮਿਹਰਬਾਨੀ ਕਰੋ ਤਾਂ ਮੈਨੂੰ ਇੱਕ ਰਾਤ ਦਾ ਕਾਰਾ ਕੀਤਾ ਤਾਂ ਮੈਂ ਤੈਨੂੰ ਅੱਜੋ ਦੇ ਛੱਡੇ ਸਾਂ ਰਾਤੀ ਦੇ ਛੱਡੇ ਸਾਂ ਉਹ ਕਿਤੇ ਗਈ ਰਾਤ ਅੱਛਾ ਹੁਣ ਮਿਹਰਬਾਨੀ ਕਰੋ ਮੇਰੀ ਸਵਾਣੀ ਮੇਰੇ ਨਾਲ ਇਤਨੀ ਬੇਇੱਜ਼ਤੀ ਬੰਦੇ ਵਾਸਤੇ ਬੜੀ ਹੁੰਦੀ ਤਾਂ ਤੁਸੀਂ ਇੱਕ ਕੰਮ ਕਰੋ ਮੈਂ ਬੇਸ਼ੱਕ ਥੋੜ੍ਹੇ ਜਿਹੇ ਦੇ ਛੱਡੋ ਅਤੇ ਮੈਂ ਜਿਹੜਾ ਨਾ ਤੁਹਾਨੂੰ ਪੈਸੇ ਕਰਕੇ ਦੇਣਾ ਅੱਛਾ ਤੇਰੀ ਇੱਜ਼ਤ ਹੈ ਸਾਡੀ ਤਾਂ ਇੱਜ਼ਤ ਹੀ ਕਾਇ ਨਹੀਂ ਹੈ ਬੰਦੇ ਉੱਥੇ ਗੋਸ਼ ਲੈਣ ਜਾਂਦੇ ਨੇ ਗੋਸ਼ ਵੇਚਦੇ ਤਾਂ ਆਈ ਕੋਈ ਦੁਕਾਨ ਹੀ ਬੰਦ ਹੁੰਦੀ ਭਾਈ ਮੈਂ ਜਿਹੜਾ ਤੁਹਾਨੂੰ ਘਰ ਨਹੀਂ ਨਾ ਮਿਲਦਾ ਉਹ ਸਿਰਫ ਇਸੇ ਸ਼ਰਮਿੰਦਗੀ ਤੋਂ ਨਹੀਂ ਮਿਲਦਾ ਕਿਉਂਕਿ ਮੈਂ ਤੁਹਾਡਾ ਸਾਹਮਣਾ ਨਹੀਂ ਕਰ ਸਕਦਾ ਮੈਂ ਤੁਹਾਡੇ ਪੈਸੇ ਦੇਵਣ ਤਾਂ ਜ਼ਹਿਰੀ ਗੱਲ ਮੈਂ ਉਸ ਤੋਂ ਕੋਈ ਮੁਕਰਦਾ ਤਾਂ ਕੋਈ ਨਾ ਪਿਆ ਦੇਵਣ ਮੈਨੂੰ ਪੈਸੇ ਮੈਨੂੰ ਯਾਦ ਹੈ ਤੁਸੀਂ ਮੈਨੂੰ ਥੋੜ੍ਹਾ ਜਿਹਾ ਟਾਈਮ ਹੋਰ ਦੇ ਛੱਡੋ ਤੁਹਾਡੀ ਮਿਹਰਬਾਨੀ ਅਸੀਂ ਇਹ ਮਿਹਨਤ ਵਾਲੀ ਗੱਲ ਅਜੇ ਤਾਈਂ ਮੈਂ ਟਾਈਮ ਹੋਰ ਦੇਵਾਂ ਮੈਂ ਕੋਈ ਲੱਲੂ ਪੰਜੂ ਹਾਂ ਮੈਂ ਤੇਰੇ ਬਾਰ ਬਾਰ ਤੇਰੇ ਬੂਹੇ ਤੇ ਆਵਾਂ ਲੋਕ ਮੈਨੂੰ ਵੇਖਦੇ ਮੇਰੀ ਬੇਇੱਜ਼ਤੀ ਹੁੰਦੀ ਮੈਂ ਤੁਹਾਡੇ ਅੱਗੇ ਹੱਥ ਜੁੜੇਂਦਾ ਪਿਆ ਮਿਹਨਤ ਕਰੇਂਦਾ ਪਿਆ ਇਹਨੂੰ ਛੋਰੇ ਸਮਝਾ ਚੰਗੇ ਕੰਮ ਨਾਲ ਨਹੀਂ ਤਾਂ ਮੈਥੋਂ ਬੁਰਾ ਹੋਰ ਕੋਈ ਨਾ ਹੋਸੀ ਮੈਂ ਲਿਆਜ਼ ਕਿਤੇ ਖਲੋਤਾ ਉਸ ਤੋਂ ਬੁਰਾ ਹੋਣਾ ਇਸ ਤੋਂ ਬੁਰਾ ਹੋਰ ਕੋਈ ਹੋਣਾ ਹੈ ਬਈ ਰਾਹ ਤੁਸੀਂ ਮੇਰਾ ਡੱਕ ਲਿਆ ਸਵਾਣੀ ਮੇਰੇ ਨਾਲ ਹੈ ਤੁਸੀਂ ਮਿਹਰਬਾਨੀ ਕਰੋ ਮੈਂ ਸਮਝਦਾ ਪਿਆ ਸਾਰੀ ਚੀਜ਼ ਅਤੇ ਮੈਂ ਤੁਹਾਨੂੰ ਪੈਸੇ ਸ਼ਾਮ ਤੱਕ ਦਾ ਕਾਰਾ ਕਰ ਦਿਓ ਸ਼ਾਮ ਤੱਕ ਤੁਹਾਨੂੰ ਮੈਂ ਪੈਸੇ ਦੇ ਸਾਂ ਅਲੀ ਖਾਨ ਸ਼ਾਮ ਨੂੰ ਪੈਸੇ ਨਾ ਆਏ ਜਿਹੜਾ ਮੈਥੋਂ ਹੋਇਆ ਮੈਂ ਉਹ ਕਰਨਾ ਹੀ ਮਿਹਰਬਾਨੀ ਕਰੋ ਅਸੀਂ ਥੋੜ੍ਹਾ ਜਿਹਾ ਨਕੀਰਾ ਬੰਦਾ ਕੋਈ ਮਿਹਰਬਾਨੀ ਕਰੋ ਮੈਂ ਤੁਹਾਨੂੰ ਆਪਦਾ ਪੇ ਸ਼ਾਮ ਤੱਕ ਦੇ ਛੱਡੇ ਸਾਂ ਮੁੜੋ ਹੱਦ ਹੋ ਗਈ ਤੂੰ ਮੈਨੂੰ ਸਮਝ ਹੋਇਆ ਤੁਸੀਂ ਘਰ ਨਾ ਵਿਆਹ ਹੈ ਅਤੇ ਮੈਂ ਸ਼ਾਮ ਤੱਕ ਤੁਹਾਡੇ ਠੀਏ 'ਤੇ ਆ ਜਾ ਦੁਕਾਨ 'ਤੇ ਆ ਜਾ ਆ ਗੱਲ ਸੁਣਦੀ ਪਈ ਹੈ ਮੈਂ ਸ਼ਾਮ ਤੱਕ ਪੈਸੇ ਚਾਹੀਦੇ ਅੱਛਾ ਠੀਕ ਹੈ ਦੇ ਚੱਸੀ ਅਲੀ ਉਹਨੇ ਕੁਝ ਸ਼ਾਮ ਦਾ ਟਾਈਮ ਲੈ ਸ਼ਾਮੀ ਉਹਨ ਕਿਦੋਂ ਦੇਣੇ ਆਈ ਨਹੀਂ ਸਭ ਯਕੀਨ ਮੰਨ ਮੇਰਾ ਦਿਲ ਆਦਾ ਪਿਆ ਕਿ ਮੈਂ ਜ਼ਹਿਰ ਖਾ ਕੇ ਮਰ ਜਾਵਾਂ ਕਿਉਂ ਅਲੀ ਕਰਜ਼ਾ ਮੈਂ ਚਾਹਣੂ ਤਾਂ ਚਾਹ ਬੈਠਾ ਪਰ ਮੈਂ ਜ਼ਲੀਲ ਖੁਆਰ ਹੋਇਆ ਖਲੋਤਾ ਬੰਦੇ ਨੂੰ ਮੂੰਹ ਵੀ ਖਾਣ ਦੇ ਕਾਬਿਲ ਨਹੀਂ ਰਿਹਾ ਅਲੀ ਇਹ ਗੱਲ ਦੱਸਾ ਤੈਨੂੰ ਕਰਜ਼ਾ ਚਾਹਵਾਂ ਤਾਂ ਪਹਿਲਾਂ ਨਾ ਤੂੰ ਸੋਚਣਾ ਵੀ ਮੈਂ ਦੇਣੇ ਕਿਦੋਂ ਹੁਣ ਤਾਂ ਤੂੰ ਵੀ ਇਹੋ ਗੱਲ ਕਰਨੀ ਸਵਾਣੀ ਆਉਂਦੀ ਹੈ ਬਈ ਉਹ ਦੁੱਖਾਂ ਦੇ ਮਰਮ ਬਣਦੀ ਹੈ ਤੂੰ ਉਲਟਾ ਮੇਰੇ ਉੱਤੇ ਤੀਲੀ ਲਾਈ ਖਲੋਤੀ ਹੈ ਅੱਛਾ ਉਹ ਮੈਂ ਤੀਲੀ ਲਾਈ ਖਲੇ ਤੇ ਅਲੀ ਕੋਈ ਕੰਮ ਕਰ ਕੰਮ ਜਦਨ ਕੰਮ ਮੈਂ ਜਿੰਨਾ ਵੀ ਕੰਮ ਕਰ ਲਵਾਂ ਨਾ ਜਿਹੜਾ ਇਹ ਕਰਜ਼ਾ ਹੈ ਮੈਂ ਯਕਦਮ ਨਹੀਂ ਲਾ ਸਕਦਾ ਤੈਨੂੰ ਸਮਝ ਕਿਉਂ ਨਹੀਂ ਆਉਂਦੀ ਪਈ ਤੈਨੂੰ ਮੈਂ ਅੱਗੇ ਵੀ ਇੱਕ ਦੋ ਵਾਰੀ ਗੱਲਾਂ 'ਚ ਗੱਲ ਕੀਤੀ ਪਰ ਹੁਣ ਮੈਂ ਤੇ ਨਾ ਦੱਪਿਆ ਤੂੰ ਮੇਰੀ ਸਵਾਣੀ ਹੈ ਤੂੰ ਮੇਰਾ ਹੱਕ ਹੈ ਤੇਰੇ ਉੱਤੇ ਮੇਰਾ ਹੱਕ ਹੈ ਜਿਤਨਾ ਤੇਰਾ ਮੇਰੇ ਉੱਤੇ ਨਾ ਉਤਨਾ ਹੀ ਮੇਰੀ ਗੱਲ ਸੁਣ ਤੂੰ ਮੈਨੂੰ ਸੋਨਾ ਲਿਆ ਕੇ ਦੇ ਅਤੇ ਮੈਂ ਸੋਨਾ ਜਿਹੜਾ ਨਾ ਕਿਸੇ ਦੇ ਕੋਲ ਰਖਾ ਕੇ ਅਤੇ ਮੈਂ ਪੈਸੇ ਜਿਹੜਾ ਨਾ ਇਸ ਦੇ ਮੂੰਹ 'ਤੇ ਮਰੇਨਾ ਪਤਾ ਨਹੀਂ ਕਿਹੋ ਜਿਹੇ ਬੰਦੇ ਨਾ ਆ ਕੇ ਮੇਰੇ ਨਾਲ ਇਹੋ ਜਿਹੀ ਗੱਲ ਕਰਨ ਤੈਨੂੰ ਸ਼ਰਮ ਨਹੀਂ ਤੈਨੂੰ ਕੋਈ ਨਹੀਂ ਸ਼ਰਮ ਆਉਂਦਾ ਵੀ ਤੇਰੇ ਘਰ ਵਾਲੇ ਦਿਵਾ ਕੇ ਗਲਵੀਨ ਫੱਦਾ ਪਿਆ ਹੈ ਸ਼ਰਮ ਆਉਂਦਾ ਇਸੇ ਤੂੰ ਤਾਂ ਬਾਹਰ ਕਾਹੇ ਨਹੀਂ ਜਾਂਦੇ ਅਤੇ ਸੋਨੇ ਦੀ ਗੱਲ ਤਾਂ ਬਿਲਕੁਲ ਨਾ ਕਰੀ ਕਿਉਂ
आख्या वड्डी शादी करनी उच्ची उच्ची शादी करनी है मेरी वास्ते ये कर छड़ी मैं ते पीछे कर्जे च आया सारे नहीं तो मेरा तो दिल आई बेचार थी दिन वलेट के नोरा लाया असा अच्छा वड्डी शादी की थी ते आज इज्जत भी ते अपनी बनी है ना इज्जत दे विच वेख हुण अगले मेरे कपड़े लाउण नूं फिर दे मेहरबानी कर हुण मैं उस दे हाथ जोड़न तैनूं शर्म नहीं आंदी पई मैं तेरे अगे हुण हाथ जोड़दा हाथ दा ना जोड़ो ए मैं दस भाई घर वाला जो अगर लगा जावे ते तू सोने नूं पीछे की करना घर पिया पिया उसके बच्चे छड़ने सोने मैं किसी को रखाई सा चलो चार टके किसी को चाह ली सा इन्होंने मुंह मरे सा तेरे मुड़ उन्होंने पैसे वापस करके तेरा सोना तेन उंजी यार वापस लिया के दे सा तेरे मां प्यो की निशानी पता नहीं तेरा मां प्यो मरदे हैं बाकी जिवें तेरा नावे ला गया हले तई जिंदे नहीं अलहमदुलिल्लाह मुड़ लै दे साधा जो पिया तेन मेरा ना मां प्यो दे मरण दी गल ना करी गया ठीक है ना कपड़े पाड़ दिया मैं ठीक है मेरी बहन तू सुना ठीक है मैं भी ठीक हूँ होया की है परेशान कोई नहीं वैसे तू सुना घर बार सब ठीक है हाँ सही है कुछ परेशान हूँ मैं अपने घर वाले तो की बनिया उस नब्बू बंदियां दा कर्जा देना है तो सारे बंदे टुरे हो इंसान पैसे दे सन पैसे दे और मैं तेरे ले आई हूँ मैं तेरे सोना ना ही रखा हाँ ते ओ मैं लवण आई हूँ ओ सोना हाँ सब सोना जेड़ा है ना भाली पहली गल ते मैं तेरे को माफी मांगती हां क्यों होया की दस ते सही भाली मैं ना पानी भरन गई हां ते घर आई हां साडा जुग्गा लुटी गया तेरा सोना भी पियो है साडे पैसे भी पियो है आन मेरी भी अंगूठी पई हुई है हर शय लुटी गई चोरी हो गया है सिमरा सोना चोरी हो गया हां तेरे कांटे भी मेरी बहन चोरी हो गए मैं बहुत शर्मिंदा मैं तेरे अलावा पर मेरे को भाली तू परेशान ना हो तू घर जाके आ ठीक है माँ इधर सोना रखे और चाबी खड़ी गई है तो चाबी जिमें लगती है ना तो कल नहीं तो पुलिस जाके मैं लाया उसका तेन भी 30,000 की लौड़ है ना वो मैं तेन कर देनी हाँ पैसे ना हूँ ढूंढ करते वे जैमें पता लगता है ना उस बंदे का सोना तो वापस लैना साढ़े भी पैसे लै गए मेरी भैन मेरे को बहुत बड़ी गलती हो गई है अगे हो तक तेरी मन च मैं ख्यालत नहीं की मैं नहीं की सिमरू मैं सिर्फ अपने घर वाले का डर है जो उन्होंने पता लग गया ना भी मैं तेरे को रखना तो पता नहीं मेरे ना की करना हूँ जो पैसे पे होना कि अम्मी इतने एक पैसे दिते हैं उस क्या वक्त गुजार लवो तो बकाया जोड़ा है ना चाबी जैमें लगती है तो मैं तोड़ दे खलसा किवे त्रै चार दो किसो के कार्ड अल्लाह कर सी चोर भी लभ जा सी मैं भी दे राती निमाज पढ़ती पई अल्लाह अगे दुआ करती पई है कि अल्लाह सोने चोर लभ जावे सिमरन तू जो बाहर जांदे पई है ताला मार के जावे ते पता ना भी अंदर पई है यार किसे नु को ना पता मेन सिरा पता अगे और तक साडे घरों इतनी हर शे पई कदी चोरी नहीं हुई मेन की पता कि मैं पानी भरन जाना पिछू आए मरना पै जाना अच्छा और एक काम कर ते को पैसे पहनना ओ मैं दे ओ मैं जा के देनी है ते कोशिश कर सिमरो जल्दी सोना लब जावे एक बारी ना घर आले नु किसे नु ना दसी समझ आई मैं ढूंढ कर दी वदी अल्लाह कर सी लब जासी ते अच्छा ठीक है मैं कुछ हर पान दे गल लुकाई रखसा और बाजिया ते पैसे चाह दे तब तुम दे हेरी हां लकड़ी में बैठा जा बिना सुना चाचा मैं मुबाजत नाल लाए थे अच्छा। शहर फेरे आया सारे सुनारियां दस आया
ਐਂ ਜਵਾਨ ਦਾ ਸੋਨਾ ਹੈ ਅਜਰ ਆਵੇ ਨਾ ਤੇ ਤੁਸੀਂ ਬੰਦੇ ਨੂੰ ਫਸ ਲੈਣਾ ਸ਼ਾਬਾਸ਼ ਮੇਰਾ ਪੁੱਤ ਸ਼ਾਬਾਸ਼ ਤੇ ਥਾਣੇ ਦਾਲ ਸੀਤੀ ਆ ਮੜੋ ਤੇ ਚਲੀਏ ਨਹੀਂ ਉਹ ਗੱਲ ਤਾਂ ਤੇਰੀ ਠੀਕ ਹੈ ਥਾਣੇ ਵਾਲੇ ਲੇਕਿਨ ਉਸ ਰੋਕੇ ਆਈ ਵਾਜੇ ਉਸ ਆਖਿਆ ਬਈ ਤੁਸੀਂ ਅਗਰ ਥਾਣੇ ਵਾਲੇ ਪਾਸੇ ਚਾਚਾ ਟੁਰ ਸੋਨਾ ਤੇ ਤੁਹਾਡਾ ਬਿਲਕੁਲ ਸੋਨਾ ਡੁੱਬ ਜਾਣੇ ਨੇ ਤੇ ਪੈਸੇ ਡੁੱਬ ਜਾਣੇ ਨੇ ਸੋਨਾ ਵੀ ਡੁੱਬ ਜਾਣਾ ਹੈ ਤੇ ਪੈਸੇ ਵੀ ਡੁੱਬ ਜਾਣ ਹਾਂ ਬਈ ਉਸ ਤੇ ਰੋਤੇ ਆ ਬਾਈ ਯਾਰਾਂ ਦਾ ਬਈ ਜਿਤਨਾ ਤੁਹਾਡਾ ਸੋਨਾ ਹੈ ਤੇ ਜਿਤਨੇ ਤੁਹਾਡੇ ਪੈਸੇ ਨੇ ਤੇ ਪੁਲਾ ਸਾਲੇ ਖਾ ਜਾਣਨ ਉਹਨਾਂ ਮੋੜ ਘੱਟੇ ਚ ਹੱਥ ਮਾਰਨਾ ਤੇ ਤੁਹਾਡੀ ਹਰ ਛੱਡੋ ਜਾਣੀ ਉਸ ਤੋਂ ਮੈਂ ਨਾ ਇਹ ਗੱਲ ਕੀਤੀ ਵੈਸੇ ਚਾਚਾ ਇਹ ਤੇ ਦਲ ਤਰਾਂ ਕਰ ਮੇਰਾ ਪੁੱਤਰ ਇੱਕ ਵੱਡਾ ਬੰਦਾ ਹਾਂ ਬੱਦੀ ਤੇਰੀ ਦਾੜੀ ਏ ਬਾਲ ਤਾਂ ਤੂੰ ਤੋਈ ਨੂੰ ਦਲ ਇਹ ਹੈ ਬਈ ਧਰ ਦੇ ਵਿੱਚੋਂ ਚੋਰੀ ਹੋਈ ਬੱਤੀ ਹਰ ਛਾ ਪਈ ਏ ਸੋਨਾ ਤਿਵੇਂ ਦਾਇਬ ਹੋਇਆ ਪੁੱਤਰ ਗੱਲ ਤੇਰੀ ਠੀਕ ਹੈ ਆਉਂਦੇ ਹਨ ਕੁੱਤੇ ਜਿਹੇ ਹੁਸੈਨ ਵੱਡਿਆ ਤੇ ਲੋਕਾਂ ਦੌਰ ਦੌਰੀ ਹੁਸੈਨ ਕੀਤੀ ਆਈ ਹੁਣ ਸਾਡਾ ਤਾਂ ਨੁਕਸਾਨ ਹੋ ਗਿਆ ਸਾਡੇ ਤਾਂ ਅਕਲ 'ਚ ਗੱਲ ਕਾਜ ਨਹੀਂ ਪੁੱਤਰ ਬਰ ਹੇ ਤੈਨੂੰ ਦੱਸਾਂ ਦਾਲ 'ਚ ਤਾਲਾ ਤਾਲਾ ਹੈ ਤੇ ਰਾਣਾ ਮੈਂ ਦੂੜ ਤੇ ਉਹ ਇਸ ਤੂੰ ਬਈ ਜਿਹੜਾ ਨਾ ਤੇਰਾ ਪੁੱਤਰ ਵੱਡਾ ਅੱਲਾ ਜੰਨਾ ਨਸੀਬ ਤੇਰੇ ਰਸਤੇ ਮੈਂ ਹਾਸੇ ਬੇਲੀ ਤੇ ਮੈਂ ਤੁਹਾਡੇ ਧਾਰ ਦਾ ਨਿਮਾ ਥੱਤ ਹੋਇਆ ਪਤਾ ਹੈ ਮੈਨੂੰ ਮੇਰਾ ਪੁੱਤਰ ਮੈਨੂੰ ਪਤਾ ਹੈ ਸਾਰਾ ਮੈਂ ਨਾ ਮੈਨੂੰ ਰਾਤੀ ਵੀ ਸਤੂਨ ਨਹੀਂ ਆਉਂਦਾ ਭਲਾ ਵੀ ਮੇਰਾ ਪੁੱਤਰ ਆਪਣੀ ਸੋਚ ਤੇ ਰਹੀ ਹੈ ਠੀਕ ਹੈ ਜੋੜ ਲੱਥੜੀ ਚੰਦਾ ਸੀ ਤੇ ਇਹਦੂ ਸਿਆਲਾ ਹੈ ਬਾਲਣ ਤਾਂ ਬਣਾ ਨਾ ਆਪਣਾ ਵਾਹ ਤੱਲੋ ਪੁੱਤਰ ਜੀ ਉਹ ਜੀ ਤੇਰੀ ਸੋਚ ਜੇ ਪੂਰੇ ਜਹਾਨ ਦੀ ਆਉਂਦੀ ਸੋਚ ਤੇ ਕਿਹੜੀ ਅੱਛੀ ਗੱਲ ਆਈ ਮੈਨੂੰ ਸਹੀ ਮਤ ਦੇ ਗਿਆ ਵੈਸੇ ਜਿੱਥੇ ਲਗਿੰਦਾ ਖੰਜੀਰ ਸਾਹਮਣੇ ਆਇਆ ਖਲੋਤਾ ਹੁੰਦਾ ਹੈ ਅੱਛਾ ਉਸ ਦੇ ਵੀ ਦੇ ਪਗਿਆਨ ਤੇ ਕਰਿਆਨੇ ਵਾਲੇ ਦੇ ਵੀ ਕੋਈ ਪੈਸੇ ਦੇ ਪਗਿਆਨ ਤੇ ਕਿਦੋਂ ਲਾਏ ਨੇ ਪੈਸੇ ਸਭਾ ਲਿਆ ਦਿੱਤੇ 30,000 ਰੁਪਇਆ ਉਸ ਆਪਣੀ ਮਾਂ ਕੋਲ ਲਿਆ ਦਿੱਤਾ ਮੈਨੂੰ ਕਿਸੇ ਕੋਲ ਰੱਖਣਾ ਹੀ ਆ ਇਹਨਾਂ ਸੋਨਾ ਤਾਂ ਪੈਸੇ ਚਾਣੇ ਨੇ ਉਹਦੇ ਨਾਲ ਚੰਗਾ ਮੈਨੂੰ ਪੈਸੇ ਠੀਕ ਹੈ ਮੈਂ ਅਗਲੇ ਕੀ ਮਤਲਬ ਨਹੀਂ ਤੇ ਤੂੰ ਮੈਨੇ ਦੱਸ ਤੈਨੂੰ ਅਗਲੀ ਗੱਲ ਦੀ ਸਮਝ ਕਾਈ ਨਹੀਂ ਆਂਦੀ ਬਈ ਬਈ ਉਹ ਸੋਨਾ ਦੇਵਣਾ ਹੀ ਨਹੀਂ ਚਾਹੁੰਦੀ ਤੂੰ ਆਦਾ ਪਿਓ ਦੇ ਦੁਕਾਨ ਉੱਤੇ ਰੱਖ ਕੇ ਤੇ ਸੋ ਮੈਂ ਸਭਾ ਨਾਲ ਗੱਲ ਕੀਤੀ ਆਈ ਤੇ ਸਭਾ ਮੈਂ ਨੇ ਦੱਸਿਆ ਉਸਾ ਕਿ ਮੈਂ ਘਰ ਜਾ ਕੇ ਮਾਂ ਪਿਓ ਦੇ ਕੋਲ ਰੁਣੀ ਆ ਤੇ ਉਹਨਾਂ ਨੇ ਮੈਂ ਦੱਸਿਆ ਮੇਰੇ ਘਰ ਵਾਲੇ ਉੱਤੇ ਐਡੀ ਟੈਨਸ਼ਨ ਬਣੀ ਹੋਈ ਏ ਤੇ ਤੁਹਾਨੂੰ ਪਰਵਾਹ ਹੀ ਕਾਇ ਨਹੀਂ ਉਸ ਲਈ ਉਹਦੀ ਮਾਂ ਸੋਨਾ ਚਾਹ ਕੇ ਦੇਊ ਆਈ ਪਰ ਉਸ ਪਤਾ ਨਹੀਂ ਪਿਆ ਦੀ ਉਸ ਤਾਲੇ ਦੀ ਚਾਬੀ ਨਹੀਂ ਲੱਭੀ ਸਾਇ ਡੋਡੀ ਨੇ ਤੇ ਉਸ ਮੋੜ ਪੈਸੇ ਚਾਹ ਕੇ ਚੰਦੇ ਦਿੱਤੇ ਨੇ ਭਈਆ ਕਿ ਨਾ ਤੇ ਘਰ ਵਾਲੇ ਦੀ ਇੱਕ ਵਾਰੀ ਜਾਨ ਛਡਾ ਤੇ ਮੋੜ ਬਾਅਦ ਜੇ ਚਾਬੀ ਲੱਭ ਗਈ ਸੋਨਾ ਵੀ ਲੈ ਜਾਵੇ ਉਹ ਬੇਈਮਾਨ ਹੋ ਗਏ ਉਸ ਨੂੰ ਉਹਨਾਂ ਦੇ ਦਿਲ 'ਚ ਖੋਟ ਆ ਗਈ ਉਹਨਾਂ ਚਾਬੀ ਨਹੀਂ ਲੱਦੀ ਬਹਾਨਾ ਵੇਖੋ ਭਾਈ ਚਾਬੀ ਨਹੀਂ ਲੱਦੀ ਤੂੰ ਤੈਨੂੰ ਲਵਣ ਦਾ ਵੱਲ ਹੀ ਨਹੀਂ ਪਿਆਂਦਾ ਤੂੰ ਉਹਨੂੰ ਆਖੇ ਆਈ 30,000 ਬਕਾਇਆ ਕਿੱਥੋਂ ਦੀ ਸਾਂ ਤੂੰ ਮੈਂਦਾ ਓ ਮੇਰੀ ਮਾਂ ਓ ਵੀ ਮੈਂ ਦੇ ਲਈ ਸਾਂ ਸ਼ੁਕਰ ਹੈ ਜਿਹੜੇ ਮੇਨ ਬੰਦੇ ਆ ਨਾ ਜਿਹੜਾ ਮੇਰਾ ਬਾਹਰ ਨਿਕਲਣ ਆਰਾਮ ਕੀਤੀ ਖਲੋਤੇ ਹਨ ਉਹਨਾਂ ਦੇ ਮੈਂ ਪੈਸੇ ਲਾ ਲੈਂ ਤੇ ਬਾਕੀ ਬਾਅਦ ਦੇ ਦੇ ਲਸਾ ਤੇ ਮੈਂ ਸਭਾ ਦੇ ਕੰਨ ਹੋਇਆ ਹੁਣ ਤਾਂ ਮੈਂ ਉਹਦੇ ਸਿਰ ਹੋਇਆ ਹਾਂ ਹੁਣ ਮੈਂ ਉਹਨਾਂ ਦਾ ਵੀ ਜੱਟੇ ਬਾਅਦ ਜਿਸ ਟਾਈਮ ਉਹ ਆਉਂਦੀ ਮੈਂ ਉਹਨੇ ਹੁਣ ਤੁਸੀਂ ਲੱਭਿਆ ਚਾਬੀ ਤਾਂ ਮੈਂ ਉਲਟਾ ਉਹਨਾਂ ਨਾਲ ਬਹਾਨੇ ਨਾਲ ਵਿਚਲੀਏ ਸਾਹਰੇ ਤੇ ਚਲੋ ਉਹਦੇ ਰੋਟੀ ਛੋਟੀ ਖਾ ਸਕਦੇ ਚਲੋ ਮਾਂ ਕੋਲ ਸੋਨੇ ਦਾ ਵੀ ਪੁੱਛ ਲਵੀ ਉਹ ਕਿਸੇ ਵੀ ਤਰੀਕੇ ਨਾਲ ਕੱਢਣਾ ਹੁਣ ਮੈਂ ਕਿਵੇਂ ਉਸ ਨੂੰ ਆਖਾਂ ਉਹ ਆਖਸੀ ਮੈਂ ਇਹਦਾ ਮਤਲਬ ਹੈ ਤੈਨੂੰ ਮੇਰਾ ਸ਼ੌਕ ਕੋਈ ਨਾ ਤੈਨੂੰ ਸੋਨੇ ਦਾ ਲਾਲਚੀ ਸਮਝੇ ਸੀ ਸੰਦੋ ਮਾਂ ਪੁੱਤਰਾਂ ਨੂੰ ਚਲੋ ਤਰੀਕੇ ਨਾਲ ਲੜਦਾ ਰਹਾ ਮੋੜ ਉਸ ਵੇ ਖਲੋ ਵੀ ਜਿਸ ਲਈ ਉਸ ਆਖਣਾ ਬਈ ਸੋਨਾ ਇਹ ਕੋਈ ਬਸ ਮੈਂ ਤਾਂ ਤੈਨੂੰ ਹੀ ਹੋਆ ਮੇਰੀ ਮਾਂ ਤੂੰ ਵੀ ਸੱਚੀ ਹੈ ਇਹਦਾ ਮਤਲਬ ਹੈ ਸਭਾ ਦੇ ਮੈਨੂੰ ਮੋੜ ਕੰਨੀ ਹੋਣਾ ਪਊ ਸੀ ਚਲੋ ਇਹ ਤਾਂ ਦੇਪ ਗਏ ਨੇ ਤਾਂ ਚਾਰ ਦਿਹਾੜੇ 'ਚ ਇਹਨਾਂ ਤੋਂ ਤਾਂ ਚੂਪ ਛੁੱਟ ਗਈ ਪਰ ਅਗਲਾ ਜਿਹੜਾ ਰੋਲਾ ਹੈ ਉਹ ਤਾਂ ਵਿੱਚ ਹੀ ਹੈ ਨਾ ਚਲੋ ਇਹ ਮੈਂ ਕਰਦਾ ਸਿਮਰੋ ਸਿਮਰੋ ਚਾਚਾ ਵਧਾਏ ਵਧਾਏ ਪੁੱਤਰ ਮੋੜ ਦਹੀਂ ਪਈ ਹੈ ਦਹੀਂ ਕੋਈ ਨਾ ਅੱਛਾ ਉਸ ਨਾ ਮੈਨੂੰ ਫੋਨ ਕੀਤਾ ਉਹ ਸਕੇ ਜਲਦੀ ਆ ਬੰਦਾ ਨਾ ਪਿਆ ਹੋਵੇ ਚਾਚਾ ਮੈਂ ਤਾਂ ਤੈਨੂੰ ਫੋਨ ਕੋਈ ਨਾ ਕੀਤਾ ਤੇ ਬਾਜ ਵਗਿਓ ਗੱਲ ਤਾਂ ਸੁਣ ਠੀਕ ਅੱਗਾ ਵਿਓ ਤੇ ਬੁਰਜੂ ਜਿਹਾ ਇੱਕ ਬੰਦਾ ਬੈਠਾ ਉਸ ਕੋਲ ਦੋ ਨਸਲੀਆਂ ਇੱਕ ਨਿੱਕਾ ਜਿਹਾ ਕੋਕਾ ਉਹ ਸੱਚੇ ਆਏ ਮੇਰੇ ਕੋਲ ਮਾਲ ਆਇਆ ਉਹ ਨਹੀਂ ਪੋਤਰਾ ਸਾਡਾ ਇਹ ਸੋਨਾ ਨਹੀਂ ਹੈ ਤੁਹਾਡਾ ਕੀ ਖੜੇ ਹੋਇਆ
ਉਹ ਮੇਰਾ ਪੋਤਰਾ ਗੱਲ ਸਾਡਾ ਹੈ ਨੱਥ ਟਿੱਕਾ ਬਣਿਆ ਹੋਇਆ ਅੱਛਾ ਤੇ ਉਹ ਆ ਵੱਡੇ ਬਣੇ ਹੋਣ ਜਿਹੜੇ ਆ ਮਗਰ ਕਾਂਟੇ ਮਗਰ ਕਾਂਟੇ ਸਦੇ ਹੁੰਦੇ ਹਨ ਉਹ ਹਨ ਬਾਰੇ ਬਣੇ ਹੋਣ ਉਹ ਤੇ ਟਿੱਕਾ ਵੀ ਤਾਂ ਨੱਥ ਹੀ ਬਾਰੀ ਹੈ ਨਹੀਂ ਨਹੀਂ ਮੈਂ ਤਾਂ ਆਖਿਆ ਵੀ ਮੈਂ ਤਾਂ ਪਹਿਲੇ ਬੜਾ ਰਾਜ਼ੀ ਹੋਇਆ ਹਾਂ ਲਾਭ ਜਾਣਾ ਸੋਨਾ ਤੇਰਾ ਲਾਭ ਜਾਣਾ ਗਰੀਬ ਦਾ ਮਾਲ ਕਾਂ ਬਚਾਉਣਾ ਗਰੀਬਾਂ ਦਾ ਮਾਲ ਪੁੱਤਰ ਪਚਣਾ ਕਿਸੇ ਨੂੰ ਨਹੀਂ 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 ਸਾਡੀ ਤਾਂ ਦੁਆ ਹੈ ਜੇ ਸਾਡੀ ਜਨਾ ਘਰ ਦੀ ਜ਼ਾਨੀ ਕੀ ਦੇਣਾ ਹੋਰ ਇੱਕ ਦਾਸ ਪਈ ਹੋਰ ਇੱਕ ਦਾਸ ਪਈ ਬਈ ਓਕੇ ਪਤਾ ਹੈ ਵੀ ਸੋਨਾ ਭਿਗਵਾ ਉਹ ਪੁੱਤਰ ਉਹ ਸਭਾ ਨਹੀਂ ਲਦੀ ਹਾਂ ਮੈਨੂੰ ਐਵੇਂ ਦੱਸ ਪਈ ਉਹ ਦਾ ਸੋਨਾ ਹੈ ਤੇ ਉਸ ਰੱਖ ਹੋਇਆ ਹੈ ਇੱਥੇ ਸਾਡੇ ਘਰ ਉਹਨਾਂ ਨੂੰ ਹੀ ਪਤਾ ਲੱਗ ਗਿਆ ਕਿ ਕੋਈ ਨਾ ਤੂੰ ਆਪਣੀ ਬਣਾ ਲੈ ਪੁੱਤਰ ਗੱਲ ਐ ਸੀ ਗਦੀ ਤਾਂ ਹੈ ਔਰ ਆਪਣਾ ਗੱਲ ਲੁਕਾਈ ਨਾ ਦਰੋ ਮੇਰੀ ਧੀ ਕੋਈ ਨਹੀਂ ਗੱਲ ਦੱਸੀ ਅਗਲੇ ਦਿਨ ਉਹ ਛੇ ਰਾਈ ਤੇ ਕੋਈ ਮੈਂ ਦੱਸ ਦਿੰਦਾ ਸਾਰੀ ਗੱਲ ਦੱਸਤੀ ਆਈ ਮੋੜ ਕੀ ਕਰਾਂ ਲੈ ਉਸ ਤੇ ਪੇਟ ਖਲਾ ਰਿਆ ਉਹਨਾਂ ਦੀ ਦੋ ਛੜੇ ਨਾ ਮੋੜ ਮੇਰਾ ਪਿਓ ਦੱਸ ਰਿਹਾ ਤੇ ਮੇਰਾ ਹੱਕ ਬਣਦਾ ਉਸ ਅੱਕੇ ਮੈਨੂੰ ਨੇ ਦੇ ਮੇਰੇ ਘਰ ਆ ਇਹੋ ਜੀ ਵਰਨਾ ਆ ਉਹ ਬਹੁਤ ਵਰਨਾ ਦਾ ਕਾਰ ਗੱਲ ਸੁਣ ਤੇਰੇ ਜਿਹੜੇ ਮੁਲਾ ਦੇਨ ਨਾ ਉਹ ਮੈਂ ਧੱਕ ਸਕਦਾ ਆ ਗਈ ਸਮਝ ਮੈਂ ਤੇਰੇ ਨਾਲ ਚੋਰ ਲਵਣਾ ਮੇਰਾ ਕੰਮ पूरे थे छोट रहा खलोता लाभ जाए ਮਰੀ ਜਿਹੜਾ ਨਾ ਮਰੀ ਇਸ ਵੇਲੇ ਸਨੋ ਫਾਲ ਸ਼ੁਰੂ ਹੋਈ 40,000 ਰੁਪਈਆ ਤੇਰੇ ਕੋਲ ਰੱਖ ਲਿਆ ਹਾਂ ਕਿ ਤੂੰ ਅਸ਼ੇ ਦਾ ਤੂੰ ਤਾਂ ਇਹ ਜੋ ਥੱਲਾ ਥਾਰੋ ਹੈ ਹਰ ਵੇਲੇ ਕਰੇ ਪਟਾਈ ਹੋਈ ਹੁੰਦੀ ਹੈ ਤੁਹਾਡੇ ਨਾ ਨੇੜੇ ਬੰਦਾ ਨਹੀਂ ਕੋ ਲੱਗਦਾ ਬਈ ਬੋਮ ਨਹੀਂ ਸਹੀ ਅਸੀਂ ਜਿਹੜਾ ਨਾ ਅੱਜ ਆ ਬਲੂਟਿਆਂ 'ਚ ਵੇਖੇ ਹੀ ਨਾ ਆ ਗਈ ਸਮਝ ਲਾਸ਼ ਪਾਸ਼ ਰੱਖਿੰਦੀ ਹੈ ਤੇ ਹੋ ਇਹ 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 ਰੱਖਣੀਆਂ ਬਹੁ ਔਖੀਆਂ ਜਿਸ ਵੇਲੇ ਸਮਾਣੀ ਤੇ ਬੈਣ ਨਾਲ ਬਾਜ਼ਾਰ ਵੀ ਆਇਆ ਦਿਆ ਸਾਰ ਹਰ ਵੇਲੇ ਹਟਲੀਆਂ ਟੁਰੀ ਹੋਈ ਹੁੰਦੀਆਂ ਉਹਨਾਂ ਤਪੜੇ ਲਾਏ ਹੋਏ ਹੁੰਦੇ ਤੇ ਪਰਫਿਊਮ ਤੇ ਤਰੀਮਾ ਹੈ ਬੜੀ ਲਾਸ਼ ਪਾਸ਼ ਰਸਨਾ ਹੈ ਤੂੰ ਵੇਲਾ ਰਹਿ ਤੇ ਹੈ ਤੇ ਨਾਲੇ ਦਾ ਸੁਨਾਰੇ ਤੋਲ ਬਣਾ ਬਤਿਆ ਓ ਯਾਰ ਸੁਣਨੇ ਵਾਸਤੇ ਆਓ ਚਾਚੇ ਰਮਜ਼ਾ ਮੈਨੂੰ ਹੀ ਕਲਿਆ ਚੀਰ ਦਿੱਤੀ ਮਿਹਨਤੀ ਕਮਾਈ ਆ ਤੂੰ ਉਹ ਜਿਹੜਾ ਹੈ ਨਾ ਉਸ ਖਾਣ ਭਾਈ ਮੈਂ ਏਡੀ ਉਹਨਾਂ ਨੂੰ ਤਕਲੀਫ ਨਹੀਂ ਜਿਹੜੀ ਸਹੀ ਨੂੰ ਲੱਗਦੀ ਨਹੀਂ 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 ਆਈ ਹੋਈ ਤਾਂ ਰੋਲਾ ਹੋਇਆ ਹੈ ਬੰਦੇ ਦਾ ਪੁੱਤਰ ਬੜਾ ਕਿਹੜਾ ਹੁੰਦਾ ਜਿਹੜੇ ਦੂਏ ਦੀ ਤਕਲੀਫ ਮਹਿਸੂਸ ਕਰੇ ਪਰ ਇਹ ਤੈਨੂੰ ਦੱਸਾਂ ਦਾਲ ਚ ਤਾਲਾ ਤਾਲਾ ਹੈ ਜੋ ਜਿਆ ਗੰਦਾ ਹੈ ਨਾ ਉਹ ਜੀ ਸੋਚ ਗੰਦੀ ਰੱਖ ਚਲੋ ਟਾਈਮ ਆਇਆ ਤਾਂ ਮੈਂ ਤੈਨੂੰ ਦੱਸੇਸਾਂ ਤੈਨੂੰ ਇਹ ਪਹਿਲੇ ਦੱਸੋ ਠੀਕ ਵਿੱਚ ਕੁਝਾਨ ਹੋਵੇ ਕੋਈ ਮਸਲਾ ਬਣੇ ਹਟ ਕੇ ਮੈਂ ਇੱਥੇ ਕਿਉਂ ਲੈਣਾ ਮੈਂ ਤੇਰੇ ਨਾਲ ਮੱਥਾ ਟਾਈਮ ਆਇਆ ਤਾਂ ਤੈਨੂੰ ਦੱਸੇਸਾਂ ਇਸ ਕੀ ਦੱਸ ਲੈਣਾ ਮੈਂ ਮੇਰਾ ਦਿਲ ਨੇ ਕੱਠਿਆਂ ਕਾੜ ਕੇ ਨਾ दस बस सोना की दे साडा अम्मा तू बहुत है सही नहीं तू चुप कर ना बुढड़ा चुप कर चुप कर शरीर शराफत दी पांग बद दियो ये तो सिर से तू मेरी इज्जत तू से मेरी इज्जत कोई ना करो मैं मेरी गाल सुन मैनू पता लग गया ए जड़ी खलोती अनभंदी शक्ल वाली एनु ना मैं ते इतबार आया ना एनु घर वाले ते इतबार आया ना इस मां को रखया केले जराने आनी है देना इदा कोई बेली तो कोई नहीं बनाया के बना अम्मा तू आखरी सबर कर ना मैं गाल कर ना मैं मेरा मेरी सहेली आई ए सहेली चंगी आई बस सोना से ओ सोना की देखी ते जल्दी कर शांत पहले पहले मैं सोना चाहिए अगर तू सोना मैं ना ना देता तो मां तो हाथ पुलन का ओ छोरे गाल तो सुन पुला साले पास ना जा ये करी गाल तो सोना है जी पई करी बात तो सही साडा ओ चोरी हो गया अल्लाह की कसम चोरी हो गया मेरे अब्बे के सामने मैं अंदर मैं पानी भरन गई हूं या आई हूं ते बक्सा फरोलिया पिया मैं इस गाल दी जिम्मेवार हूं मेरी गाल सुन ला
ਮੈਨੂੰ ਸ਼ਾਮ ਤੋਂ ਪਹਿਲੇ ਸੋਨਾ ਚਾਹੀਦਾ ਹੈ ਥੋੜੀ ਜਿਹੀ ਅਗਰ ਹਿਨੇ ਨਾ ਖੈਰਤ ਹੈ ਤਾਂ ਸੋਨਾ ਮੈਨੂੰ ਦਿਓ ਭਾਵੇਂ ਤੁਹਾਡੇ ਲੈ ਗਿਆ ਕਾਲਾ ਚੋਰ ਮੈਨੂੰ ਨਹੀਂ ਪਤਾ ਮਾਂ ਗਾ ਸੋਣ ਇਹ ਗਲਤੀ ਅਗਰ ਤੇਰੀ ਦੀ ਕੋਲ ਵੀ ਤਰੇ ਮਸੇਰ ਕਿਸੇ ਕੋਲ ਵੀ ਹੋ ਜਾਂਦੀ ਬਰਦਾਸ਼ਤ ਕਰ ਲਵੇਂ ਸਾਂ ਥੋੜੀ ਜਿਹੀ ਮੋਹਲਤ ਦੇ ਚਾ ਸੀ ਹੌਲੀ ਹੌਲੀ ਕਰਕੇ ਤੇਰੇ ਸਾਰੇ ਅੱਛਾ ਬਰਦਾਸ਼ਤ ਕਰ ਜਾਵਾਂ ਬਈ ਸੋਨਾ ਖੜੀ ਗਿਆ ਹੈ ਹੈ ਮੈਨੂੰ ਕੀ ਪਤਾ ਬਈ ਸੋਨਾ ਖੜੀ ਹੈ ਖੜਿਆ ਹੈ ਕਿ ਸੋਨਾ ਜ਼ਬਤ ਹੋ ਗਿਆ ਹੈ ਗਲਤ ਸੋਨਾ ਗਲਤ ਸੋਨਾ ਅੱਛਾ ਗਲਤ ਸੋਨਾ ਤੂੰ ਚੁੱਪ ਕਰ ਤੇਰੇ ਮੂੰਹ ਨੂੰ ਉੱਤਾ ਮਾਰ ਬੱਗੀ ਮੇਰੀ ਦਾੜੀ ਹੈ ਮੇਰੀ ਥੇਂ ਬੜੀ ਜ਼ਤ ਇੱਕ ਮੇਰੀ ਗੱਲ ਸੁਣ ਲੈ ਜਾਣਾ ਸੁਣਨ ਤਾਂ ਜੇ ਅਸਾਂ ਕੋਈ ਉਹਨੂੰ ਜ਼ਬਤ ਕੀਤਾ ਜਾਂ ਖਾਧਾ ਜਾਂ ਅਸੀਂ ਬੇਈਮਾਨ ਹੋ ਤਾਂ ਸਾਡੇ ਕੋਲ ਤੂੰ ਸਫਾਈ ਲੈ ਲਾ ਜਿੱਥੇ ਤੇਰਾ ਦਿਲ ਆਂਦਾ ਰੂਹ ਹੋਈ ਸਾਨੂੰ ਧੋ ਲਾ ਮੈਨੂੰ ਸਫਾਈ ਨਹੀਂ ਚਾਹੀਦੀ ਮੈਨੂੰ ਸੋਨਾ ਮੈਨੂੰ ਆਪਣਾ ਮਾਲ ਚਾਹੀਦਾ ਆ ਵੇਖ ਲੈ ਮੇਰੀ ਮਾਂ ਮੇਰੀ ਮਾਂ ਕੋਈ ਨਹੀਂ ਮੈਂ ਤੇਰੀ ਮਿਹਨਤ ਕਰੇ ਨਹੀਂ ਸਾਨੂੰ ਥੋੜੇ ਦਿਨਾਂ ਦੀ ਮੋਹਲਤ ਦੇ ਚ ਅਸੀਂ ਕਿਵੇਂ ਕਰਕੇ ਤੇਰਾ ਸੋਨਾ ਪੈਸੇ ਜਿਵੇਂ ਵੀ ਆ ਤੈਨੂੰ ਵਾਪਸ ਕਰੇਨੇ ਆ ਕਿ ਉਹ ਖੁਦਾ ਦਾ ਨਾਂ ਹੈ ਸਾਡੀ ਠੇਠ ਬਿਸਤੀ ਨਾ ਬਣਾ ਸਾਡੀ ਅੱਗੇ ਬਹੁ ਬਿਸਤੀ ਹੋਈ ਤੁਹਾਡੀ ਬਿਸਤੀ ਆਉਂਦੀ ਪਈ ਹੈ ਤੁਹਾਨੂੰ ਪਤਾ ਪਈ ਸਾਡੇ ਉੱਤੇ ਕੀ ਬੀਤਦੀ ਪਈ ਹੈ ਮੈਨੂੰ ਪਤਾ ਹੈ ਤੁਹਾਡੀ ਸ਼ਹਿ ਖੜੀ ਕਿ ਮੇਰੇ ਕੋਲ ਅਮਾਨਤ ਵਿੱਚ ਖਿਆਨਤ ਹੋਈ ਹੈ ਅੱਛਾ ਮੇਰੇ ਦੇਵ ਮਿੰਤ ਕਰਨ ਦੀ ਬੰਦੇ ਮੈਂ ਤੇਰੀ ਮਿੰਤ ਕਰਨ ਆਉਂਗਾ ਮੈਂ ਮੇਰਾ ਪੁੱਤਰ ਕੋਈ ਨਾ ਕਿਸੇ ਖਾਤੇ ਦਾ ਓਏ ਆ ਸੋ ਜੁੱਡੂ ਨਮਾਇਆ ਤੇਰੀਆਂ ਜੁੱਡੂ ਆ ਦੇ ਕੰਨ ਚ ਨੱਪ ਕੇ ਪੋਚ ਇਹਦੀਆਂ ਹੱਡੀਆਂ ਭਨ ਕੇ ਪੋਚ ਉਹ ਜੁੱਡੂ ਮੇਰੀ ਗੱਲ ਨਹੀਂ ਮੰਨਦੀ ਹੈ ਦਿਲ ਤਾਂ ਮੇਰਾ ਇੰਜ ਪਿਆ ਤਾ ਬਈ ਬਾ ਮੈਂ ਹੁਣ ਮੇਰੀ ਆਖਰੀ ਵਾਰ ਲੰਗੀ ਆਈ ਨੇ ਸ਼ਾਮ ਤੋਂ ਪਹਿਲੇ ਅੰਮਾ ਤੇਰੀ ਕੀ ਮਿਹਨਤ ਕੀਤੀ ਹੈ ਥੋੜੇ ਦਿਨ ਸਬਰ ਕਰ ਜਾ ਕਿਵੇਂ ਕਰਕੇ ਤੈਨੂੰ ਅਸੀਂ ਸੋਨਾ ਇਹ ਅਜੇ ਸਾਜੇ 6 ਮਹੀਨੇ ਗੁਜ਼ਰ ਗਏ ਨੇ ਇਸ ਗੱਲ ਨੂੰ ਹੈ ਅਜੇ ਤਾਈ ਮੈਂ ਸਬਰ ਕਰ ਲਵਾਂ ਅੰਮਾ ਥੋੜੇ ਜਿਹਾ ਟਾਈਮ ਮੰਗਦੇ ਪੈਂ ਥੋੜੇ ਜਿਹਾ ਟਾਈਮ ਉਹਨਾਂ ਦੇ ਜਾ ਇੰਜੇ ਸਭ ਮੇਰੇ ਰਤ ਮੈਂ ਘਰ ਜਾ ਕੇ ਸੋਨਾ ਲੈ ਜਾ ਸਾਨੂੰ ਟਾਈਮ ਥੋੜੇ ਜਿਹਾ ਦੇ ਚ ਮੇਰੀ ਦੀ ਮਿੰਤ ਕਰਾਂ ਦੀ ਮੈਂ ਬਾਕੀ ਮੇਰੇ ਗੱਲ ਸੁਣ ਲੈ ਕਤਲ ਦੇ ਲਿਆ ਹੋ ਜਾਂਦੇ ਉਹਨੇ ਨੇ ਤਾਂ ਸੋਨਾ ਸਾਡੇ ਕੋਲ ਜਿਵੇਂ ਤੇਰਾ ਦੇ ਲੱਖ ਸਫਾਈ ਲੈ ਲੈਣਾ ਤੇ ਤੇਰਾ ਤਾਂ ਦੇਣਾ ਹੀ ਹੈ ਨਾ ਸਾਨੂੰ ਕੋਈ ਥੋੜੀ ਜਿਹੀ ਸੂ ਦੇ ਤਾਂ ਕਰਨ ਦੇ ਮੈਨੂੰ ਯਕੀਨ ਉਸ ਲਿਆ ਸੀ ਜੇ ਲੈ ਤੁਸੀਂ ਮੇਰਾ ਸੋਨਾ ਵਾਪਸ ਕਰੇ ਸੋ ਤਾਂ ਮੈਂ ਨਹੀਂ ਬੈ ਚੱਲ ਟੋਰਾ ਲਾ ਲੱਗ ਗੁੱਡ ਯਾਰ ਲੋਏ ਅੱਬਾ ਹੁਣ ਕੀ ਕਰੀਏ ਸਾਡਾ ਤਾਂ ਦਿਲ ਸਾਫ਼ ਹੈ ਸਾਨੂੰ ਤਾਂ ਪਤਾ ਐਸਾ ਕੋਈ ਨਹੀਂ ਕੋਈ ਬੇਈਮਾਨੀ ਤਾਂ ਸਫੀਤੀ ਕਹਿੰਦੇ ਸਾਡੇ ਤਾਂ ਘਰੋਂ ਚੋਰੀ ਹੋ ਗਿਆ ਤੇ ਵਦੇ ਤਾਂ ਇਸੇ ਸੂ ਦੇ ਵਿੱਚ ਆ ਅੱਲਾ ਪਾਕ ਕੋ ਕਰਮ ਕਰੇ ਸੀ ਕੋ ਫਰਿਸ਼ਤਾ ਭੇਜੇ ਸੀ ਜਿਹੜਾ ਸਾਡੀ ਚੋਰੀ ਲਵਾ ਦੇ ਸੀ ਅੱਲਾ ਕਰੇ ਮੇਰਾ ਪਿਓ ਜਿਵੇਂ ਗੱਲਾਂ ਕਰਕੇ ਗਈ ਹੈ ਥਾਣੇ ਪੁਲਿਸ ਤਾਈ ਗੱਲ ਕਹੀ ਮੇਰਾ ਪਿਓ ਉਹ ਤੇ ਬੂ ਮਰੇਂਦੇ ਵੀ ਹਨ ਪੈਸੇ ਵੀ ਸਾਡੇ ਬੂ ਲੱਗ ਜਾਣੇ ਜਿੰਨੇ ਦਾ ਜ਼ਾਨ ਨਹੀਂ ਹੋਇਆ ਉਤਨੇ ਖਰਚੇ ਹੋ ਜਾਣੇ ਉਹ ਤਾਂ ਗੱਲ ਤੇ ਠੀਕ ਹੈ ਮੇਰੀ ਦੀ ਤਾਂ ਸਾਡੀ ਕਿਹੜੀ ਥੈਂ ਲੱਗੀ ਤਾਂ ਮੇਰੀ ਬੱਗੀ ਦਾੜੀ ਮੈਂ ਥਾਣੇ ਜਾਸਾਂ ਤੇ ਕੀ ਅਗਲੇ ਥੈਂ ਆ ਲਿਆ ਸਰ ਹਾਂ ਇਹ ਸਾਰੇ ਮੇਰੇ ਨਜ਼ੀਬ ਸੜੇ ਹਨ ਮੇਰੇ ਮੈਂ ਕਿਉਂ ਉਹਦਾ ਪਾਣੀ ਭਰਨ ਗਈ ਹੈ ਤੇ ਕਿਉਂ ਮੇਰੇ ਸੋ ਦਿਲ ਮੇਰਾ ਕਰਦਾ ਪਿਆ ਕਿ ਮੈਂ ਹੁਣੇ ਪਾ ਲੈ ਲਵਾਂ ਮਾਰ ਜਾਵਾਂ ਅੱਛਾ ਵਾਜੇ ਕਿਉਂ ਸਦੇ ਮੈਂ ਬਹੁਤ ਪਰੇਸ਼ਾਨ ਹੁਣ ਕੀ ਬਣਿਆ ਕੀ ਬਣਿਆ ਉਸ ਦਾ ਇਤਨਾ ਰੋਲਾ ਪਿਆ ਖਲਾ ਹੈ ਨਾ ਉਹ ਸੋਨੇ ਦਾ ਉਹਦੇ ਘਰ ਤਾਂ ਹੀ ਖਬਰ ਲੱਗ ਗਈ ਉਹਦੀ ਸੱਸ ਕਾ ਲਾ ਕੇ ਇਤਨੀ ਬਿਸਤੀ ਕਰ ਗਈ ਮੇਰੇ ਬੁੱਢੜੇ ਪਿਓ ਦੀ ਵੀ ਅਦੇ ਸਨ ਸੋਨਾ ਚਾਹੀਦਾ ਜਾਂ ਪੈਸੇ ਚਾਹੀਦੇ ਆ ਹੁਣ ਕੀ ਉਹ ਬਾਲਾ ਕਰ ਸੇ ਨਾ ਗੱਲ ਸੁਣ ਬਵਾਰ ਬਣਾ ਲਈ ਸੀ ਉਹ ਬਵਾਰ 10-15,000 ਰੁਪਏ ਮਹੀਨੇ ਦੇ ਦਿੱਤੀ ਰੱਖਿਆ ਸੋਨੇ ਦੇ ਪੈਸੇ ਲੈ ਇਹਦੇ ਪਰੇਸ਼ਾਨ ਹੋਣ ਦੀ ਲੋੜ ਤਾਂ ਕੋਈ ਨਹੀਂ ਉਹਦੇ ਸਨ ਸਗਵਾ ਸੋਨਾ ਚਾਹੀਦਾ ਹੁਣ ਇੰਜ ਕਰ ਉਹ ਜੀ ਨੂੰ ਕਰ ਸਕਦੇ ਨਾ ਥਾਣੇ ਜਾ ਸਕਦੇ ਤੇ ਸਾਥ ਵੀ ਮੁਕਾਵੇ ਨਾ ਸਾਥ ਲਵੇਂ ਪੰਚਾਇਤ ਹੀ ਇਹੋ ਹੀ ਗੱਲ ਮੁਕੜੀ ਵੀ ਇਹਦਾ ਆਸਾਨ ਹੋ ਗਿਆ ਤੂੰ ਤਰਕਣੀ ਰਮੀ ਕਿਸੇ ਨੂੰ ਨਾ ਦੱਸੀ ਵੀ ਸੋਨਾ ਮੈਂ ਤਾਂ ਬਾਜਤ ਮੈਂ ਤੇ ਆਪਣੀ ਗੱਲ ਤੇ ਪੱਕੀ ਆ ਨਾ ਤੈਨੂੰ ਇਹਨਾਂ ਥਾਣੇ ਨਾ ਪਾਵਣੇ ਨਾ ਥਾਣੇ ਵਾਲੇ ਗੁਜਰਾ ਤੇ ਤੈਨੂੰ ਮਾਰੇ ਕੋਈ ਗੱਲ ਨੂੰ ਆਉਣੀ ਵੱਧ ਤੋਂ ਵੱਧ ਜਿਹੜੇ ਨਾ 4 ਬੰਦਿਆਂ 'ਚ ਗੱਲ ਕਰ ਸਿਆ ਤੂੰ ਆਖੀ ਬਈ ਮੇਰੇ ਕੋਲ ਖੜੀ ਗਿਆ ਪਿਓ ਦੀ ਮੂੰਹ ਬਿਸਤੀ ਹੁੰਦੀ ਏ ਕਿਉਂ ਮੇਰਾ ਪਿਓ ਨਹੀਂ ਉਸ ਵੀ ਜੰਮਿਆ ਨਹੀਂ ਗੱਲ ਤਾਂ ਸਮਝ ਮੈਂ ਪਿਆਰਾ ਹਾਂ ਕਿ ਪਿਓ ਅੱਗੇ ਤੱਕ ਇਹ ਸਾਰੀ ਦੁਨੀਆ 'ਚ ਤੂੰ ਪਿਆਰ ਹੈ ਮੈਨੂੰ ਕੋਈ ਨਾ ਪਤਾ ਐਡਾ ਰੋਲਾ ਬਣਨਾ ਅਗਰ ਕੋਈ ਰੋਲਾ ਮੁੱਕ ਜਾ ਆ ਜੀ ਤੇਰੇ ਕਾਂ ਤੇ ਮੁੱਕ ਜਾਣਾ ਜਿਹੜਾ ਮੁਕਾਲਾ ਸਾਡੇ ਥੇ ਇਹ 'ਚ ਮੇਰਾ ਹੋਇਆ ਪਿਆ ਮੈਨੂੰ ਪਤਾ ਹੈ ਤੈਨੂੰ ਮੈਂ ਆਖਿਆ ਤੂੰ ਆਖਿਆ ਮੈਂ ਤੇਰੇ ਉੱਤੋਂ ਜਿੰਨ ਦੀ ਵਾਰ ਦੇਸਾਂ ਤੇ ਦੋ ਤੋਲੇ ਸੋਨੇ ਦੇ ਇੰਤਿਹਾ ਲਿਆ ਕੀ ਮੇਰੇ ਪਿਓ ਨੂੰ ਜਿਹੜੀ ਇਹ ਗੱਲ ਨਾਲ ਮਾਰ ਤਾਂ ਕੋਈ ਨਹੀਂ ਨਾ ਤੁਸਾਂ ਕੋ ਕਤਲ ਕੀਤਾ ਸੋਨਾ ਹੀ ਹੈ ਨਾ ਵਾਜੇ ਤੂੰ ਇੰਚ ਕਰ ਪੈਸੇ ਨਾ ਕਿਤੇ ਇਕੱਠੇ ਕਰਕੇ ਨਾ ਥੋੜੇ ਬਹੁਤ ਤੂੰ ਕਰ ਥੋੜੇ ਬਹੁਤ ਅਸੀਂ ਮੇਰੇ ਕੋਲ ਕੋਈ ਨੂੰ ਮੰਗਾ ਜੇ ਪੈਸੇ ਇਹ ਮੁੜ ਕਿਹੜੀ ਗੱਲ ਹੈ ਤਾਂ ਲਾ ਵਜਾ ਬਈ ਇਹ ਇਤਨਾ ਮਹਿੰਗਾ ਸੋਨਾ ਤੂੰ ਵੇਚ ਕੇ ਤੂੰ ਲਾ ਵਜਾ ਵੀ ਸੱਠੇ ਹੈ ਨਾ ਮੇਰੀ ਗੱਲ ਸੁਣ ਮੈਂ ਕਿਤੇ ਹੀ ਪੈਸੇ ਲਾਏ ਹੋਏ ਆਂ ਤੇ ਉਹ ਜਿਹੜਾ ਨਾ ਦੀਆ ਵੇ ਉਹ ਜਿਹੜੀ ਕਰੰਸੀ ਉਹਦਾ ਰੇਟ ਆਇਆ ਮੇਰੇ ਪੈਸੇ ਡੁੱਬ ਗਏ ਮੈਂ ਤਾਂ ਤੂੰ ਤੈਨੂੰ ਆਖਵਾ ਮੂੰ ਬਈ ਆ ਜਿਹੜੇ ਇਹ ਵਿੱਚ ਦੇਵੇਂ ਆ
ਵੀ ਬਣ ਜਾਵਣੇ ਆ ਤੇ ਹੋਰ ਵੀ ਪੈਸੇ ਆ ਜਾਵਣੇ ਆ ਨਹੀਂ ਵਾਜੇ ਮੈਂ ਅੱਗੇ ਬੂ ਵੀ ਸਤੋਈ ਖਲੀ ਆ ਫੇਰ ਲਾਲ ਮੈਂ ਕੋਈ ਅੱਛਾ ਇੱਕ ਘੰਟਾ ਦੇ ਜਾ ਨਹੀਂ ਨਾ ਮੈਂ ਇੱਕ ਵੀ ਨਹੀਂ ਦੇਣਾ ਫੇਰ ਲਾਲ ਕਿਹਦੇ ਜਾਉਂ ਮੇਰਾ ਨਾਂ ਲਿਓ ਹੀ ਨਾ ਹਾਂ ਤੇ ਮੈਂ ਤੇਰੇ ਨਾਲ ਤੱਲਾ ਖਤਮ ਕਰ ਦਿੱਤਾ ਆ ਕੀ ਸਮਝ ਮੈਂ ਵੀ ਤੀਨੂੰ ਬਰਦਾਸ਼ਤ ਕਰ ਸਕਦਾ ਵੀ ਗੱਲ ਸੁਣੇ ਨਾ ਮੇਰੀ ਹੋਰ ਆਵੇ ਨਾ मतलब तलू बाई दा शक बिलकुल ठीक आई मैं सुहेला कसाई इन्होंने उत्ते छुरियां मरे सा बंदा है ਉਹ ਤੜਾ ਪੈਂਦਾ ਤੇ ਉਹਦੇ ਵਿੱਚ ਉਹ ਦੱਸ ਦਿੰਦਾ ਵੀ ਚੋਰ ਤੇੜਾ ਇਹ ਤਾਂ ਵੀ ਚੰਗੀ ਗੱਲ ਹੈ ਯਾਰ ਉਹ ਤਾਂ ਸਾਨੂੰ ਵਿਖਾ ਚੁੱਕਾ ਯਾਰ ਚੋਰ ਆਏ ਉਹ ਕੀ ਆ ਗੜਾ ਇਹ ਸੀ ਗੜਾ ਹਾਂ ਗੱਲ ਤਾਂ ਦੱਸ ਪੀ ਯਾਰ ਰੋਲਾ ਇਹਨੂੰ ਕਿਉਂ ਪਤਾ ਹੈ ਉਹ ਕਿਹਦੇ ਗਈ ਸਿਮਰਨ ਕਿਹਦੇ ਸਿਮਰਨ ਸਿਮਰਨ ਅੱਛਾ ਰੇ ਰਾਵੇ ਨਾ ਔਰਾ ਬੀਬੀ ਆ ਜਣ ਔਰਾ ਇਹ ਮੈਂ ਦੱਸੋ ਆ ਕੀ ਲੱਗਦਾ ਯਾ ਹੈ ਇਹ ਕੀ ਲੱਗਦਾ ਹੀ ਦੱਸ ਹੋਇਆ ਸੀ ਇਹ ਦੱਸ ਤਾਂ ਸਹੀ ਦੱਸਦੀ ਆ ਹੌਸਲਾ ਕਰੋ ਗਾਬਰ ਕਿਉਂ ਗਏ ਇਹ ਬੇਲੀ ਆਈ ਨਾ ਹੈ ਇਸੇ ਨੂੰ ਸੋਨਾ ਖਵਾਇਆ ਹੀ ਉਹ ਤੇਰੀ ਬੀੜੀ ਬੁੱਢੇ ਤੇ ਤੱਥ ਨਾ ਰਹੇ ਓ ਛੋਰੇ ਮੇਰੇ ਪੱਲੇ ਕੋ ਛੋੜੇ ਇਹਨੂੰ ਖਵਾ ਛੜੇ ਹੈ ਬੋਲ ਹੁਣ ਗੁੰਗੀ ਹੋ ਗਈ ਅੱਗਾ ਬੋਲ ਵੀ ਸਹੀ ਅੱਬਾ ਇਸ ਕਿਦੇ ਬੋਲਣਾ ਓ ਛੋਰਾ ਤੂੰ ਤਾਂ ਸਾਡੇ ਨਹੀਂ ਵਧਾ ਰਿਹਾ ਜਿਵੇਂ ਸਾਡੇ ਨਾਲ ਤੈਨੂੰ ਢੇਰ ਪੀੜਾ ਲੈ ਥਲਾਨਾ ਸਹੀ ਵਧਿਆ ਰਾਣ ਤੇ ਹਥਨ ਜ਼ੀਰਾ ਤੈਨੂੰ ਮੈਂ ਆਖਿਆ ਨਾ ਤੋਈ ਦਾਲ ਚ ਚਾਲਾ ਚਾਲਾ ਹੈ ਤੇ ਲੁੱਟ ਗਿਆ ਹੈ ਤੇ ਮਾਰ ਲਵੇਂ ਮੈਂ ਮਾਰ ਲਵੇਂ ਮੈਂ ਬਾਤ ਤੇ ਥਾਣੇ ਨਾ ਗਏ ਹੈ ਥਾਣੇ ਮੇਰੀ ਕੀ ਕਰੀ ਤਾਂ ਤਾਂ ਨਾ ਥਾਣੇ ਨਹੀਂ ਜਾਣਾ ਸਹੀ ਹੈ ਤੇ ਤਫਸੀਸ ਕਰ ਬਾਬਾ ਜਿਹੜਾ ਆਂਦਾ ਹੈ ਨਾ ਥਾਣੇ ਨਾ ਤਰਿਆ ਹੈ ਤੂੰ ਮਾਰ ਤੇਰੇ ਜਾਨ ਹੋਇਆ ਮਾਸੀ ਮੈਨੂੰ ਮਾਰ ਬਾਜਾ ਥਲੇ ਮਾਸੀ ਮੈਂ ਕੋ ਬੋਲੇ ਬੈਠਾ ਮਾਸੀ ਤੂੰ ਤੇ ਮਾਤੇ ਚੁੱਪ ਸਾਡੀ ਤਾਂ ਬੇੜੀ ਮੋੜ ਛੋੜੀ ਤੇ ਜੇ ਪਿਆ ਨਾ ਬੋਲਾਂ ਮੈਂ ਤੂੰ ਤੇ ਕੇ ਬੋਲਿਆ ਇਹਨੂੰ ਆਖੇ ਇਹ ਮੇਰੇ ਸ਼ਰੀਰ ਜਿਹੜੇ ਬਾਰ ਬਾਰ ਤੁਤੁਰਾਂ ਚੇਂਦੀ ਰਹੀਆਂ ਤੂੜੇ ਹੈ ਚਾਹ ਪਿਓ ਦੀ ਸੌਂ ਸੌਂ ਨਹੀਂ ਸੋਨਾ ਇਹਨੂੰ ਦਿੱਤਾ ਆ ਚਾਹ ਹੈ ਹਿੰਮਤ ਮੇਰਾ ਪਿਓ ਮੈਂ ਸੋਨਾ ਜਿਹੜਾ ਚਾਹ ਕੇ ਦਿੱਤਾ ਮੈਂ ਤੇਵੇਂ ਪਤਾ ਲੱਗਦਾ ਵੀ ਇਹ ਚੋਰ ਹੈ ਮੈਨੂੰ ਸੁਹੇਲ ਦੱਸਿਆ ਹਾਂ ਸੁਹੇਲ ਦੇ ਜਿਵੇਂ ਮੈਂ ਦਿੱਤਾ ਮੱਥੇ ਦੇ ਹੱਥ ਰੱਖ ਮੈਨੂੰ ਇੱਥੇ ਸ਼ਾਤਾ ਧੰਦੀਰ ਤੇ ਪੈ ਨਾ ਮੈਂ ਮਾਰੀ ਜਾਨ ਹੋਇਆ ਇਹ ਨਾ ਦਾ ਤੇਰੀ ਅਸਾਂ ਨਹੀਂ ਬੋਲਦਾ ਸਹੀ ਬੋਲਦਾ ਤੇਰਾ ਬਣਾਵਣਾ ਨਾ ਸੰਜਰ ਦਾ ਅੰਦਰ ਸੋਟਾ ਪਿਆ ਇਹਦੀ ਲੱਤ ਬਾਹ ਬੰਨ ਛੱਡੋ भरोसा करके मैं अपनी जिंदगी अपने प्यो सहेली धोखा दिता चल दा लड़ संजारा भाजी।